जी बोलो पंजाबी का वालों सारे सुनने ते वेखण वाले नूं जी आया नूं आखदे आ मैं अज ये खुशी की खबर साझी करना चाहना कि पाकिस्तान का एक ऐसा सोहना सुनखा नौजवान जिन्हें किसानों की तहरीक जी कि इंडिया च बड़ा ही जुलम और बरबरीयत हुकूमत कर रही है और पंजाबियों की तहरीक उन्हें अपने गीतों नाल अपनी शायरी नाल जिहड़ा सहारा दिता है वो दुनिया भर च उहदे गीत जिहड़े ने वो सुने जा रहे हैं वेखे जा रहे हैं और लोग ये कह रहे हैं कि इस जवान दियां गल्लां नाल इहदी शायरी नाल इहदे संगीत नाल उस तहरीक विच वाधा है तो मैं समझना कि हर बंदे नूं गल चुकनी चाहीदी है मजलूम दे नाल खलोना चाहीदा है तो ए बी चट्ठा रात मेरी मुराद है कि अली अब्बास चट्ठा ने जिहड़ा काम कीता है उन्हें पूरी अपनी कौम का मूँह धो छड़िया है कि पाकिस्तान वालों एक मजलूम दे नाल खलोण दे उहदे अखर उहदी गायकी और वो जो जज्बा है वो वेखण के काबल है और दुनिया भर च सारे पंजाबी बोलने वाले वो दीवाने ने मैं धनभागी हाँ कि अज इन्हों मुलाकात हुई ये मेरे घर तशरीफ लियाए तो मैं सोचा कि जी खुशी मैनू हो रही है वो कंजूसी ना करा तो बाकी लोगों में इन्हों मिलाव तो मैं इन्हों जी आया आखना तो चिट्ठा साहब असं चाहते हैं जो सुनने वाले तुम लोग परेशान ने किटो बाटेक सिंह तो या पृथ्वी राज चौहान की मिट्टी चो एक बंदा पुकरिया तो शायरी भी दूजे ने रलती उसकी गायकी भी इन्ना जो लोगों ने पसंद किया है तो भी एक अचंभे की गल सी एक हैरत की गल सी ये पिछे कि एक गल समझते हो कि किस वजह तो यह गल लोगों दिनों लगी मैं समझना जी एक गल बहुत ज्यादा लोगों को पसंद जी आई है वो ये इस तू आई है कि देखो ਤੁਸੀਂ ਇਸ ਉਮਰ 'ਤੇ ਜਿਹੜਾ ਉਹ ਪਹੁੰਚੇ ਹੋ ਅਤੇ ਅੱਗੋਂ ਤੁਹਾਡੀ ਮਾਸ਼ਾਅੱਲਾ ਅੱਗੋਂ ਹੈ ਯੂਥ ਜਿਹੜੀ ਬੱਚੇ ਨੇ ਤੁਹਾਡੇ ਤੁਸੀਂ ਵੀ ਚਾਹੋਗੇ ਕਿ ਉਹਨਾਂ ਨੂੰ ਵੀ ਪੰਜਾਬੀ ਅਤੇ ਪੰਜਾਬੀਅਤ ਦਾ ਪਤਾ ਲੱਗੇ ਹੁਣ ਅਸੀਂ ਇਸ ਸੌਂਗ ਬਣਾਇਆ ਜਿਹਦੇ ਵਿੱਚ ਅਸੀਂ ਆਪਣੇ ਜਿਹੜੇ ਪੁਰਖ ਸਨ ਜਿਹੜੇ ਸਾਡੇ ਜਾਂ ਜਿਹੜੇ ਹੀਰੋ ਸਨ ਸਾਡੇ ਅਸੀਂ ਉਹਨਾਂ ਦਾ ਨਾਮ ਲਿਆ ਵਿੱਚ ਅਤੇ ਬਸ ਉਹ ਜਿਹੜੀ ਚੀਜ਼ ਹੈ ਉਹਨੇ ਬਹੁਤ ਜ਼ਿਆਦਾ ਇਸ ਗਾਣੇ ਨੂੰ ਜਿਹੜਾ ਕਾਮਯਾਬ ਕੀਤਾ ਸਿਰਫ ਇੱਧਰ ਹੀ ਨਹੀਂ ਉਸ ਪਾਸੇ ਵੀ ਬਹੁਤ ਜ਼ਿਆਦਾ ਕਾਮਯਾਬੀ ਮਿਲੀ ਔਰ ਲੋਕਾਂ ਨੇ ਇਸ ਚੀਜ਼ ਨੂੰ ਬੜਾ ਸਰਾਹਿਆ ਕਿ ਯਾਰ ਜਿਹੜੇ ਵੀ ਸਾਡੇ ਬੱਚਿਆਂ ਨੂੰ ਚੀਜ਼ਾਂ ਦਾ ਨਹੀਂ ਸੀ ਪਤਾ ਉਹ ਜਿਹੜਾ ਇਹ ਤੁਸੀਂ ਕੋਸ਼ਿਸ਼ ਕੀਤੀ ਹੈ ਕਿ ਇਹਨੂੰ ਜਿਹੜਾ ਨਾ ਸਾਡੇ ਨਾਲ ਬੱਚਿਆਂ ਨਾਲ ਵੀ ਸਾਂਝਾ ਕੀਤਾ ਹੁਣ ਮੇਰੀ ਇੱਕ ਦਿਨ ਇੱਕ ਆਪਣੇ ਵੀਰ ਨੇ ਸਾਊਦੀਆ ਤੋਂ ਉਹਨਾਂ ਨਾਲ ਗੱਲ ਹੋ ਰਹੀ ਸੀ ਉਹ ਕਹਿੰਦੇ ਕਿ ਯਾਰ ਮੇਰਾ ਇੱਕ ਛੋਟਾ ਜਿਹਾ ਵੀਰ ਹੈ ਅਤੇ ਉਹ ਨਾ ਵੀਰ ਨਹੀਂ ਸੋਰੀ ਭਤੀਜਾ ਛੋਟਾ ਜਿਹਾ ਅਤੇ ਉਹ ਬੋਲਦਾ ਹੀ ਨਹੀਂ ਨਾ ਪੰਜਾਬੀ ਉਹ ਅੱਜ 4 ਦਿਨ ਹੋ ਗਏ ਨੇ ਜਦੋਂ ਦਾ ਤੁਹਾਡਾ ਗਾਣਾ ਸੁਣਿਆ ਉਹ ਪੰਜਾਬੀ ਬੋਲਦਾ ਹੈ ਵਾਹ ਵਾਹ ਸਾਡੇ ਲਈ ਤੇ ਉਹ ਬੜੇ ਮਾਣ ਦੀ ਗੱਲ ਸੀ ਵੀ ਅਸੀਂ ਜਿਹੜੀ ਕੋਸ਼ਿਸ਼ ਜੋ ਕਰਨਾ ਚਾਹ ਰਹੇ ਸਾਂ ਉਹ ਅੱਲਾ ਪਾਕ ਨੇ ਜਿਹੜਾ ਉਹਦੇ 'ਚ ਕਾਮਯਾਬੀ ਦਿੱਤੀ ਅਤੇ ਮੈਂ ਸਮਝਦਾ ਕਿ ਜੀ ਇਸੇ ਵਜ੍ਹਾ ਤੋਂ ਜਿਹੜਾ ਉਹ ਸਾਡਾ ਗਾਣਾ ਜਿਹੜਾ ਬਿਜੂ ਮੈਂ ਸਮਝਦਾ ਤੁਸੀਂ ਤੁਹਾਡੇ ਬੇਲੀਆਂ ਨੇ ਮਿਲ ਕੇ ਜਿਹੜੇ ਹੀਰੋ ਸਾਡੇ ਲੋਕਾਂ ਨੂੰ ਨਹੀਂ ਸੀ ਪਤਾ ਨਵੀਂ ਪੀੜ੍ਹੀ ਨੂੰ ਜੀ ਜੀ ਉਹਨਾਂ ਦੀ ਜਾਣਕਾਰੀ ਉਹਨਾਂ ਤੱਕ ਪੜਾਈ ਫਿਰ ਉਹ ਏਡੇ ਸੋਹਣੇ ਲਫਜ਼ਾਲੀ ਹੈ ਏਡੀ ਸੋਹਣੀ ਉਹ ਗੀਤ ਹਰ ਬੰਦਾ ਗਾਉਂਦਾ ਫਿਰਦਾ ਜੀ ਅਤੇ ਅਗਰ ਇਸੇ ਕੋਸ਼ਿਸ਼ ਰਾਹੀਂ ਅਸੀਂ ਮਾਂ ਬੋਲੀ ਦਾ ਹੱਕ ਦਵਾ ਸਕੀਏ ਜਿਵੇਂ ਦੱਸਿਆ ਇੱਕ ਬੰਦਾ ਪੰਜਾਬੀ ਬੋਲਣ ਲੱਗ ਪਿਆ ਅਤੇ ਮੈਂ ਸਮਝਦਾ ਇੰਝ ਹੀ ਪੰਜਾਬੀ ਦੀ ਤਹਿਰੀਕ ਜਿਹੜੀ ਅੱਗੇ ਵਧਣੀ ਹੈ ਬਿਲਕੁਲ ਕਿ ਏਡੀ ਵੱਡੀ ਜਿਹੜੀ ਜ਼ਬਾਨ ਹੈ ਸੂਫੀਆਂ ਦੀ ਔਰ ਇੰਨਾ ਉਹਦੇ 'ਚ ਖਜ਼ਾਨੇ ਨੇ ਉਹ ਤੁਸੀਂ ਦੂਰ ਸਨ ਉਹ ਤੁਹਾਡੇ ਜਿਹੇ ਦੋਸਤਾਂ ਨੇ ਅੱਛਾ ਜਿਹੜਾ ਤੁਹਾਡਾ ਬਾਗੀ ਪੰਜਾਬ ਸੀ ਪਹਿਲਾਂ ਉਹ ਗੀਤ ਆਇਆ ਜੀ ਪਹਿਲਾਂ ਬਾਗੀ ਪੰਜਾਬ ਆਇਆ ਜੀ ਅੱਛਾ ਤੂੰ ਕਿੰਨੇ ਕੁ ਲੋਕ ਵੇਖ ਚੁੱਕੇ ਨੇ ਅੱਜ ਤੱਕ ਜਿਹੜੇ ਤੁਹਾਡੇ ਕੋਲ ਉਹਦੀ ਮਾਲੂਮਾਤ ਨੇ ਮੇਹਰ ਕੀਤੀ ਦੂਜਾ ਉਸ ਤੋਂ ਵੀ ਅੱਗੇ ਗਿਆ ਜੀ ਜੀ ਦੂਸਰੇ ਨੂੰ ਵੀ ਬੜਾ ਪਿਆਰ ਮਿਲ ਰਿਹਾ ਅਸਲ ਵਿਚ ਇੱਕ ਸਾਡੇ ਭਾਈ ਨੇ ਆਪਣੇ ਉੱਥੋਂ ਸਮੀਰ ਭਾਜੀ ਨੇ ਇੰਡੀਆ ਤੋਂ ਇਸ ਟਾਈਮ ਮੋਰਚੇ ਚ ਵੀ ਨੇ ਉਹ ਜੀ ਤੇ ਉਹਨਾਂ ਨੇ ਸਾਨੂੰ ਦੱਸਿਆ ਕਿ ਤੁਹਾਡਾ ਗਾਣਾ ਇੱਥੇ ਬਹੁਤ ਜ਼ਿਆਦਾ ਜਦੋਂ ਪਹਿਲੇ 2 ਦਿਨ ਗਾਣਾ ਸਾਡਾ ਜਦੋਂ ਅਸੀਂ ਰਿਲੀਜ਼ ਕੀਤਾ ਬਹੁਤ ਜ਼ਿਆਦਾ ਸੁਣਿਆ ਗਿਆ ਉਸ ਤੋਂ ਬਾਅਦ ਅਚਾਨਕ ਹੀ ਜਿਹੜਾ ਨਾ ਉਹ ਨੈੱਟ ਸਰਵਿਸ ਜਿਹੜੀ ਉਹ ਨਾ ਬੰਦ ਕਰ ਦਿੱਤੀ ਮੋਰਚੇ ਦੇ ਵਿੱਚ ਹੁਣ ਉਹ ਜਦੋਂ ਵੀ ਸਾਡੇ ਨਾਲ ਕੋਈ ਗੱਲ ਕਰਦੇ ਨੇ ਜਾਂ ਜੋ ਵੀ ਹੈ ਉਹ 20-25 ਕਿਲੋਮੀਟਰ ਦੂਰ ਜਾ ਕੇ ਸਾਨੂੰ ਉਹਨਾਂ ਕਾਲ ਕਰਨੀ ਹੁੰਦੀ ਹੈ ਜਾਂ ਕੋਈ ਸਾਨੂੰ ਮੈਸੇਜ ਵਗੈਰਾ ਦੇਣਾ ਹੁੰਦਾ ਕਿਸੇ ਵੀ ਭਰਾ ਨੇ ਕੋਈ ਪਿਆਰ ਘੱਲਿਆ ਹੁੰਦਾ ਸਾਡੇ ਵਾਸਤੇ ਤਾਂ ਉਹਨਾਂ ਸਾਡੇ ਨਾਲ ਸਾਂਝਾ ਕਰਨਾ ਹੁੰਦਾ ਅਤੇ ਗਾਣੇ ਨੂੰ ਬਹੁਤ ਪਿਆਰ ਮਿਲਿਆ ਦੂਸਰੇ ਨੂੰ ਵੀ ਅਤੇ ਮਾਸ਼ਾਅੱਲਾ ਅੱਛਾ ਰਿਸਪੋਂਸ ਆਇਆ ਉਹਦੇ ਉਹਦੀ ਤਰਫੋਂ ਵੀ ਬਹੁਤ ਸਾਰਿਆਂ ਲੋਕਾਂ ਨੇ ਮੁਬਾਰਕ ਦਿੱਤੀ ਉਸ ਗਾਣੇ ਦੀ ਅਤੇ ਬਸ ਸਮਝ ਨਹੀਂ ਆ ਕਿ ਜੀ ਮਾਲਕ ਦੀ ਕਰਮ ਨਵਾਜ਼ੀ ਇਨਸਾਨ ਤਾਂ ਕੋਸ਼ਿਸ਼ ਕਰ ਸਕਦਾ ਜੀ
ਮਤਲਬ ਸਭ ਨੇ ਜਿਹੜਾ ਨਾ ਇਸ ਕੰਮ ਨੂੰ ਕਿਹਾ ਕਿ ਯਾਰ ਚਲੋ ਤੇਰਾ ਸ਼ੌਕ ਹੈ ਤੂੰ ਕਰ ਜੀ ਤੇ ਉਹ ਨਾ ਆਪਣਾ ਜਿਹੜਾ ਸਪੋਰਟ ਕੀਤਾ ਕਾਫੀ ਬਸ ਉਹਨਾਂ ਦੀਆਂ ਕੋਸ਼ਿਸ਼ਾਂ ਨਾਲ ਦੀਆਂ ਦੁਆਵਾਂ ਨਾਲ ਸਮਝੋ ਕਿ ਅਸੀਂ ਇਸ ਮੁਕਾਮ ਤੇ ਹਾਂ ਜੀ ਅੱਛਾ ਸੀਰਤ ਜੀ ਤੁਹਾਡੇ ਪਹਿਲੇ ਗੀਤ ਦੇ ਕੋਈ ਬੋਲ ਤੁਹਾਡੇ ਕੋਲ ਸੁਣਨਾ ਚਾਹੁੰਦੇ ਹਾਂ ਸਾਰੇ ਉਹ ਨਾਲ ਤੇ ਨਹੀਂ ਹੈਗੇ ਸਮਾਨ ਲੇਕਿਨ ਉਹ ਤੁਹਾਡੇ ਕੋਲ ਸੁਣਨਾ ਵੇਖਣਾ ਨੂੰ ਬਹੁਤ ਚੰਗਾ ਲੱਗੇਗਾ ਜ਼ਰੂਰ ਇਨਸ਼ਾਅੱਲਾ ਜੀ ਜੀ ਜਿਹੜਾ ਮੇਰਾ ਪਸੰਦੀਦਾ ਸ਼ੇਰ ਕਹਿ ਸਕਦੇ ਹੋ ਜਾਂ ਕਹਿ ਸਕਦੇ ਹੋ ਕਿ ਜਿਹਨੂੰ ਜਿਹਨੂੰ ਪਜ਼ੀਰਾਈ ਜ਼ਿਆਦਾ ਮਿਲੀ ਉਹ ਸ਼ੇਰ ਸੀ ਆਪਣਾ ਕਿ ਨਾ ਮੈਂ ਰਾਜਾ ਰਾਜਪੂਤ ਨਾ ਮੈਂ ਰਾਈ ਨਾ ਮੈਂ ਜੱਟ ਨਾ ਮੈਂ ਗੁੱਜਰ ਨਾ ਸ਼ਾਹ ਨਾ ਮੈਂ ਮਲਕ ਨਾ ਬੱਟ ਨਾ ਮੈਂ ਮਾਲਵਾ ਤੋਂ ਆਪਾ ਨਾ ਮੈਂ ਮਾਝਾ ਨਾ ਸਰੈਕੀ ਨਾ ਮੈਂ ਪੋਠਵਾਰ ਨਾ ਮੈਂ ਕੋਈ ਡੋਗਰੀ ਦੀ ਵੱਟ ਮੇਰੀ ਕੌਮ ਆ ਪੰਜਾਬੀ ਤੇ ਪੰਜਾਬ ਤੇ ਆਵਾਂ ਜਿਉਂਦਾ ਰਵੇ ਜਿੱਥੇ ਜਿੱਥੇ ਵੱਸਦਾ ਕਿਸਾਨ ਡਟੇ ਰਹੇ ਹੋ ਵੀਰੋ ਲੈ ਕੇ ਹੱਕ ਉੱਠੇ ਹੋ ਲੋੜ ਪਈ ਤਾਂ ਸਾਡੇ ਕੋਲ ਵਾਧੂ ਹੈ ਸਮਾਨ ਜੀ ਤੇ ਬਸ ਜੀ ਬੜੀ ਸੋਹਣੀ ਤੁਸੀਂ ਜੀ ਉਸ ਚ ਪੂਰੀ ਹਾਂਜੀ ਗੱਲ ਲਿਆਂਦੀ ਹੈ ਕੋਸ਼ਿਸ਼ ਕੀਤੀ ਹੈ ਦੇਖੋ ਜੀ ਮੈਂ ਚਲੋ ਫਿਲਹਾਲ ਚੜ੍ਹਦੇ ਪੰਜਾਬ ਦੀ ਇੱਕ ਮਿੰਟ ਗੱਲ ਅਸੀਂ ਭੁੱਲ ਗਏ ਆਪਣੇ ਜਿਹੜਾ ਲਹਿੰਦਾ ਪੰਜਾਬ ਜਿੱਥੇ ਅਸੀਂ ਰਹਿ ਰਹੇ ਹਾਂ ਇਹਦੀ ਜੇ ਅਸੀਂ ਗੱਲ ਕਰੀਏ ਵੇਖੋ ਕਿ ਇਹਦੇ ਜ਼ਿਆਦਾ ਜਿਹੜੀਆਂ ਜ਼ਾਤਾਂ ਪਾਈਆਂ ਉਹ ਆਪਣੇ ਪੰਜਾਬ ਲਹਿੰਦੇ ਪੰਜਾਬ ਦੀਆਂ ਵੀ ਪਾਈਆਂ ਨੇ ਤੇ ਉਹ ਪਾਉਣ ਦਾ ਮਕਸਦ ਇਹ ਸੀ ਕਿ ਸਾਨੂੰ ਰਾਈ ਗੁੱਜਰ ਜੱਟ ਮਲਕ ਰਾਜਪੂਤ ਇਹਨਾਂ 'ਚ ਵੰਡ ਦਿੱਤਾ ਹੁਣ ਮੈਂ ਵੇਖਣਾ ਪੇਜ ਬਣੇ ਨੇ ਹਾਲਾਂਕਿ ਮੈਂ ਖੁਦ ਵੀ ਇਸ ਕੰਮ 'ਚ ਪੈ ਗਿਆ ਸਾਂ ਮੈਂ ਜੱਟ ਯੂਨਿਟੀ ਦੇ ਨਾਮ ਦਾ ਪੇਜ ਬਣਾਇਆ ਹੋਇਆ ਉਹਦੇ 'ਚ ਮਾਸ਼ਾਅੱਲਾ ਕਾਫੀ ਸਾਰੇ ਜੱਟ ਭਰਾ ਨੇ ਉਹ ਜਿਹੜੇ ਸਾਨੂੰ ਵੀ ਸਪੋਰਟ ਕਰਦੇ ਨੇ ਉਹ ਵੀ ਜਿਹੜਾ ਉਹ ਉੱਥੇ ਆਪਸ 'ਚ ਜਿਹੜਾ ਉਹਨਾਂ ਦਾ ਹੁੰਦਾ ਅਤੇ ਉਹ ਮੈਂ ਦੇਖ ਰਿਹਾ ਸਾਂ ਮੈਂ ਕਿਹਾ ਯਾਰ ਗਲਤ ਹੋ ਰਿਹਾ ਹੁਣ ਰਾਈ ਜਿਹੜੇ ਨੇ ਉਹ ਆਪਣੇ ਆਪ ਨੂੰ ਪ੍ਰਮੋਟ ਕਰੀ ਜਾ ਰਹੇ ਨੇ ਤੇ ਜਿਸ ਤਰ੍ਹਾਂ ਮਲਕ ਨੇ ਤੇ ਉਹ ਆਪਣੇ ਆਪ ਨੂੰ ਜੱਟ ਜਿਹੜੇ ਨੇ ਆਪਣੇ ਆਪ ਨੂੰ ਮਤਲਬ ਵੰਡੇ ਗਏ ਨੇ ਨਾ ਛੋਟੇ ਖਾਨੇ ਜਿਸੀ ਹਾਂਜੀ ਤੇ ਮੈਂ ਕੋਸ਼ਿਸ਼ ਕੀਤੀ ਹੈ ਕਿ ਸਾਰਿਆਂ ਨੂੰ ਇੱਕ ਵਾਰੀ ਫਿਰ ਜਿਹੜਾ ਨਾ ਉਹਨਾਂ ਨੂੰ ਦੱਸਿਆ ਜਾਵੇ ਕਿ ਯਾਰ ਅਸੀਂ ਹੋਵਾਂਗੇ ਜੋ ਵੀ ਹਾਂ ਲੇਕਿਨ ਪਹਿਲਾਂ ਸਭ ਤੋਂ ਅਸੀਂ ਪੰਜਾਬੀ ਹਾਂ ਤੇ ਸਾਡਾ ਜਿਹੜਾ ਕੌਮ ਜਿਹੜੀ ਸਾਡੀ ਪੰਜਾਬੀ ਹੈ ਅਤੇ ਆਪਣਾ ਦੇਸ਼ ਜਿਹੜਾ ਪੰਜਾਬ ਬਹੁਤ ਮਾਣ ਕਰੋ ਅੱਛਾ ਲੱਗਦਾ ਕਿ ਤੁਸੀਂ ਸੂਫੀਆਂ ਨੂੰ ਵੀ ਬਹੁਤ ਪੜ੍ਹਿਆ ਕਿਉਂਕਿ ਤੁਹਾਡੇ ਜਿਹੜੀ ਸੂਫੀ ਸਿਆਣਾ ਫਿਰ ਉਹ ਉਮਰ ਤੋਂ ਵੱਡੀ ਲੱਗਦੀ ਹਾਂਜੀ ਪਿੱਛੇ ਜ਼ਰੂਰ ਕੋਈ ਬਾਬਿਆਂ ਦਾ ਹੱਥ ਹੈ ਜਾਂ ਘਰ 'ਚ ਕੋਈ ਮਾਹੌਲ ਸੀ ਜਾਂ ਕਿਤੇ ਤੁਹਾਨੂੰ ਸੂਫੀਆਂ ਦੀ ਕਿਤੇ ਉਹ ਭੁੱਖ ਲੱਗੀ ਕਿਤੇ ਮੇਰੇ ਦਾਦਾ ਜੀ ਜਿਹੜੇ ਨੇ ਉਹ ਬੜੇ ਕਹਿ ਸਕਦੇ ਹੋ ਕਿ ਬਹੁਤ ਸੁਣਦੇ ਸਨ ਤੇ ਉਸ ਤੋਂ ਬਾਅਦ ਫਿਰ ਅੱਬੂ ਜੀ ਜਿਹੜੇ ਨੇ ਉਹਨਾਂ ਨੂੰ ਵੀ ਬਹੁਤ ਸ਼ੌਕ ਸੀ ਉਹ ਆਲਮ ਸਾਹਿਬ ਨੂੰ ਸੁਣਦੇ ਹਨ ਦਰਬਾਰ ਸਾਹਿਬ ਨੂੰ ਤੇ ਉਹ ਅੱਜ ਵੀ ਜਦੋਂ ਕਦੀ ਵਿਹਲੇ ਬੈਠੇ ਹੋ ਗਏ ਜਾਂ ਕਿਧਰੇ ਬਹਿ ਜਾਈਏ ਤੇ ਫਿਰ ਉਹ ਕਹਿੰਦੇ ਪੁੱਤਰ ਉਹ ਫਲਾਣਾ ਜਿਹੜਾ ਆਲਮ ਦਰਬਾਰ ਸਾਹਿਬ ਦਾ ਜਿਹੜਾ ਕਲਾਮ ਹੈ ਜਾਂ ਕੋਈ ਗਾਣਾ ਹੈ ਉਹ ਲਾ ਕੇ ਸੁਣਾ ਤੇ ਇਸੇ ਤਰ੍ਹਾਂ ਫਿਰ ਮੈਨੂੰ ਵੀ ਸ਼ੌਕ ਪੈ ਗਿਆ ਦਾਦਾ ਜੀ ਨੂੰ ਸੁਣੀਦਾ ਸੀ ਉਹ ਦੱਸਦੇ ਸਨ ਉਹ ਅਸੀਂ ਪੜ੍ਹ ਕੇ ਸੁਣਾਉਂਦੇ ਸਨ ਤੇ ਬਸ ਸ਼ੌਕ ਪੈ ਗਿਆ ਵਾਰਿਸ ਸ਼ਾਹ ਸਾਹਿਬ ਨੂੰ ਜਿਹੜਾ ਉਹ ਦੇਖੋ ਜੀ ਵਾਰਿਸ ਸ਼ਾਹ ਸਾਹਿਬ ਦੀ ਜੇ ਮੈਂ ਗੱਲ ਕਰਾਂ ਨਾ ਅਸੀਂ ਤੇ ਬਹੁਤ ਛੋਟੇ ਜਿਹੇ ਲੋਕਾਂ ਦਾ ਬਾਰੇ ਕੀ ਬੰਦਾ ਗੱਲ ਕਰੇ ਤੇ ਕੋਸ਼ਿਸ਼ ਕਰ ਸਕਦਾ ਇਨਸਾਨ ਕੋਈ ਉਹਨਾਂ ਦੇ ਬਾਰੇ ਕੁਝ ਬੋਲਣ ਦੀ ਤੇ ਮੈਂ ਸਮਝਦਾ ਕਿ ਵਾਰਿਸ ਸ਼ਾਹ ਸਾਹਿਬ ਨੇ ਬੇਸ਼ੱਕ ਹੀਰ ਲਿਖੀ ਹੈ ਅਸੀਂ ਜਿਹੜੇ ਨਦਾਨ ਲੋਕ ਹਾਂ ਅਸੀਂ ਸਮਝਦੇ ਹਾਂ ਕਿ ਹੀਰ ਇੱਕ ਦਾਸਤਾਨ ਲੇਕਿਨ ਵੇਖਿਆ ਜਾਏ ਜਿਵੇਂ ਮੇਰੇ ਦਾਦਾ ਜੀ ਵੀ ਕਹਿੰਦੇ ਨੇ ਕਿ ਜਿਹੜੀ ਹੀਰ ਹੈ ਨਾ ਉਹ ਬੇਸਿਕਲੀ ਇਨਸਾਨ ਦੇ ਜੰਮਣ ਤੋਂ ਲੱਗ ਕੇ ਮਰਨ ਤੱਕ ਜਿਹੜੀ ਸਾਰੀ ਕਹਾਣੀ ਉਹ ਤੇ ਉਹ ਮੈਂ ਸਮਝਦਾ ਕਿ ਉਹਨੂੰ ਪੜਿਆ ਜਾਵੇ ਨਾ ਜਦੋਂ ਹੀਰ ਨੂੰ ਇਨਸਾਨ ਨੂੰ ਕਾਫੀ ਚੀਜ਼ਾਂ ਜਿਹੜੀਆਂ ਨੇ ਸਮਝ ਲੱਗਦੀ ਹੈ ਕਿ ਇਨਸਾਨ ਕਿਉਂ ਇਸ ਦੁਨੀਆਂ 'ਚ ਆਇਆ ਉਹਦਾ ਕੀ ਮਕਸਦ ਹੋਣਾ ਚਾਹੀਦਾ ਅੱਛਾ ਮੇਰਾ ਚੂੰਕਿ ਬਿਲਕੁਲ ਕੋਲ ਹੈ ਚੂੜ ਕਰਾਉਣਾ ਜੀ ਜੰਡਿਆਲੇ ਜੀ ਜੀ ਤੇ ਮੈਂ ਜੰਡਿਆਲੇ ਕਾਲਜ ਵੀ ਪੜ੍ਹਾਇਆ ਸਾਲ ਇੱਕ ਪੰਜਾਬੀ ਅੱਛਾ ਅੱਛਾ ਤੁਸੀਂ ਹਾਜ਼ਰੀ ਦਿੰਦੇ ਰਹੇ ਤੂੰ ਜਿਹੜਾ ਉਹਨਾਂ ਦਾ ਸਰਕਾਰ ਦਾ ਕਲਾਮ ਹੈ ਉਹਨਾਂ ਖੁਦ ਫਰਮਾਇਆ ਕਿ ਕੁਰਾਨ ਮਜੀਦ ਦੇ ਬਹਿਣੇ ਨੇ ਜੀ ਜੀ ਜਿਹੜੇ ਸ਼ੇਰ ਮੀਆਂ ਵਾਲੇ ਸ਼ਾਹ ਨੇ ਜੀ ਜੀ ਬਿਲਕੁਲ ਤੇ ਮੈਂ ਬੜੇ ਦੂਰੋਂ ਉੱਥੇ ਮਿਲਿਆ ਜਿੰਨਾ ਆਖਿਆ ਕਿ ਅਸੀਂ ਤੈਨੂੰ ਪੂਰੀ ਜ਼ਿੰਦਗੀ ਦੇ ਮਸਲੇ ਚੋਂ ਕੱਢਣੇ ਆ ਤਾਂ ਕਿ ਬੂਟੀਆਂ ਜੜੀ ਬੂਟੀਆਂ ਇੱਕ ਬਦਵੇ ਚੋਂ ਕਰਨੇ ਤੂੰ ਤੁਹਾਨੂੰ ਉਹ ਜਿਹੜੀ ਲੱਗੀ ਨਾ ਜੀ ਜਾਗ ਘਰੋਂ ਉਹਨੇ ਤੁਹਾਨੂੰ ਸੂਫੀਆਂ ਨਾਲ ਜੋੜਤਾ ਔਰ ਜਿਹੜੀ ਤੁਹਾਡੀ ਗੱਲ 'ਚ ਸਿਆਣਾ ਫਿਰ ਤੇ ਬੜੀ ਸਾਨੂੰ ਚੰਗੀ ਲੱਗਦੀ ਔਰ ਮੈਂ ਸਮਝਾਂ ਜਿਹੜਾ ਦੂਜਾ ਗੀਤ ਏ ਉਹਦੇ ਵੀ ਕੁਛ ਚਾਰ ਬੋਲ ਤੁਹਾਡੇ ਕੋਲੋਂ ਦੋਸਤਾਂ ਨਾਲ ਸਾਂਝੇ ਕਰੀਏ ਗਾਇਤਾ ਪੰਜਾਬ ਦੇ ਕਿਆ ਬਾਤ ਗਾਇਤਾ ਪੰਜਾਬ ਦੀ ਲੈਂਦੇ ਆਲੇ ਨਾਲ ਖੜੇ ਵੀਰ ਬਣ ਕੇ ਸਰਕਾਰ ਦੀਆਂ ਅੱਖਾਂ ਵਿੱਚ ਆਹੀ ਰੜ ਕੇ
ਚੜਦੇ ਦੇ ਹੱਕ ਵਿੱਚ ਲੈਂਦਾ ਬੋਲਦਾ ਆਹੀ ਗੱਲ ਦੁਨੀਆਂ ਨੂੰ ਚਿਰੇ ਤੀਰ ਬਣ ਕੇ ਤੈਨੂੰ ਹੈਗਾ ਨੀ ਭੁਲੇਖਾ ਸਾਡੇ ਕਿੰਨੇ ਆ ਮਰੇ ਅੱਗੇ ਕਿੰਨੇ ਅਸੀਂ ਤੇਰੇ ਜ਼ੁਲਮ ਸਹੇ ਸਾਡੇ ਹੀ ਖੇਤਾਂ ਚ ਸਾਨੂੰ ਕਰੇਗਾ ਗੁਲਾਮ ਕੀਤਾ ਸੌਦਾ ਤੂੰ ਸੁਦਾਗਰਾਂ ਦੇ ਨਾਲ ਖੜ ਕੇ ਅਸੀਂ ਇਹਦੇ ਚ ਕੋਸ਼ਿਸ਼ ਕੀਤੀ ਕਿ ਪਹਿਲਾ ਗਾਣਾ ਜਿਹੜਾ ਸੀ ਉਹਦੇ ਚ ਸਟੇਜ ਡਾਂਸ ਕੀਤੀ ਕੋਸ਼ਿਸ਼ ਕੀਤੀ ਕਿ ਇਹਦੇ ਚ ਜਿਹੜਾ ਕਿਸਾਨ ਅੰਦੋਲਨ ਹੈ ਜਿਹੜਾ ਕਿਸਾਨ ਤਰੀਕ ਇਹਨੂੰ ਤੁਸੀਂ ਜੀ ਜ਼ਾਹਿਰ ਦੁਨੀਆ ਭਰ ਚ ਇੱਡੀ ਵੱਡੀ ਤਰੀਕ ਨੇ ਜੋ ਉਹਨੂੰ ਲੋਕ ਵੇਖ ਕੇ ਹੈਰਾਨ ਨੇ ਜੀ ਜੀ ਜ਼ਾਹਿਰ ਉਹਨਾਂ ਦਾ ਜਦੋਂ ਮਰਨ ਜੀ ਨੇ ਤੁਸੀਂ ਖੋਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਉਹ ਤੇ ਖਲੋਣਗੇ ਉਹਨਾਂ ਦਾ ਦੇਖੋ ਇੱਕ ਤੇ ਤੁਹਾਡੇ ਮੁਲਕ ਨੂੰ ਪਾਲ ਰਹੇ ਕਿਸਾਨ ਇਹ ਅੰਨਦਾਤਾ ਨੂੰ ਕਹਿੰਦੇ ਨੇ ਦੁਨੀਆ ਦਾ ਤੇ ਜੋ ਪਾਲ ਰਿਹਾ ਤੁਹਾਨੂੰ ਤੇ ਫਿਰ ਤੁਸੀਂ ਉਹਦੇ ਨਾਲ ਹੀ ਜਜ਼ਿਆਤੀ ਕਰੋ ਉਹਨੂੰ ਹੀ ਇੱਕ ਲਿਮਿਟ ਜਿਹੜੀ ਉਹਦੇ 'ਤੇ ਇੱਕ ਲਾ ਦਿਓ ਕਿ ਯਾਰ ਤੂੰ ਇੰਨਾ ਹੀ ਕਰਨਾ ਹੈ ਤੂੰ ਜ਼ਿਆਦਾ ਤੂੰ ਨਹੀਂ ਕਰ ਸਕਦਾ ਉਹਨੂੰ ਵੇਖੋ ਕਿਸਾਨ ਫਿਰ ਉੱਤੋਂ ਪੰਜਾਬ ਉਹਨੂੰ ਜਿੰਨਾ ਦਬਾਅ ਹੋਵੇ ਉਹਨੂੰ ਉੱਤੇ ਹੀ ਆਉਣਾ ਇਹ ਤੁਸੀਂ ਜੱਠਾ ਸਾਹਿਬ ਸ਼ੁਰੂ ਕਦੋਂ ਕੀਤਾ ਗਾਣਾ ਉਸ ਸਕੂਲੋਂ ਜਾਂ ਕਿਸੇ ਨੂੰ ਵੇਖ ਕੇ ਸਭ ਤੋਂ ਪਹਿਲਾਂ ਕਿਸੇ ਕੋਲ ਮੁਤਾਸਰ ਹੋਏ ਤੁਸੀਂ ਮੈਂ ਜਿਹੜਾ ਨਾ ਮੁਤਾਸਰ ਕਹਿ ਸਕਦੇ ਹੋ ਕਿ ਜਦੋਂ ਬੰਦਾ ਛੋਟਾ ਹੁੰਦਾ ਤੇ ਉਦੋਂ ਤੇ ਹਰ ਬੰਦਾ ਬੰਦਾ ਹਰ ਕਿਸੇ ਨੂੰ ਸੁਣਦਾ ਤੇ ਜੇ ਮੁਤਾਸਰ ਵਾਲੀ ਗੱਲ ਹੈ ਤੇ ਪਾਕਿਸਤਾਨ ਚੋਂ ਨੁਸਰਤ ਸਾਹਿਬ ਜਿਹੜੇ ਨੇ ਉਹਨਾਂ ਨੂੰ ਬੜਾ ਬੜਾ ਸੁਣਿਆ ਤੇ ਉਹਨਾਂ ਦੀ ਹਰ ਹਰ ਜਿਹੜੀ ਕਵਾਲੀ ਆ ਹਰ ਕਲਾਮ ਜਿਹੜਾ ਉਹਨਾਂ ਪੜ੍ਹਿਆ ਉਹਦੇ 'ਚ ਅਲੱਗ ਤਰਜ਼ ਅਲੱਗ ਮਿਜ਼ਾਜ ਅਤੇ ਅਲੱਗ ਜਿਹੜਾ ਉਹਦੇ ਵਿੱਚ ਸਵਾਦ ਸੀ ਉਹ ਸੁਣਨਾ ਫਿਰ ਉਸ ਤੋਂ ਬਾਅਦ ਜਦੋਂ ਇੰਡੀਆ ਨੂੰ ਜਦੋਂ ਸੁਣਨਾ ਸ਼ੁਰੂ ਕੀਤਾ ਚੜ੍ਹਦੇ ਪੰਜਾਬ ਨੂੰ ਤਾਂ ਉਦੋਂ ਬੱਬੂ ਮਾਨ ਸਾਹਿਬ ਜਿਹੜੇ ਤਾਂ ਉਦੋਂ ਬਹੁਤ ਜ਼ਿਆਦਾ ਹਿੱਟ ਸਨ ਅਤੇ ਬਸ ਉਹਨਾਂ ਦੀ ਜਿਹੜਾ ਨਾ ਆਪਣੀ ਉਹ ਜਿਹੜੀ ਉਹ ਕੀ ਕਹਿੰਦੇ ਨੇ ਲੈਣ 'ਤੇ ਪਟੜੀ 'ਤੇ ਜਿਹੜਾ ਉਹ ਗੱਡੀ ਚੜ੍ਹ ਗਈ ਅਤੇ ਬਸ ਉਹਨਾਂ ਦੇ ਗਾਣੇ ਮਿੱਤਰਾਂ ਦੀ ਛੱਤਰੀ ਤੋਂ ਉੱਡ ਗਈ ਫਿਰ ਬੋਤਲਾਂ ਦੇ ਡੱਟ ਖੁੱਲ੍ਹ ਗਏ ਇਸ ਤਰ੍ਹਾਂ ਕਬਜ਼ਾ ਅਤੇ ਇਸ ਤਰ੍ਹਾਂ ਗਾਣੇ ਜਿਹੜੇ ਉਹਨਾਂ ਦੇ ਗਾਣੇ ਅੱਛਾ ਜਿਹੜੇ ਤੁਹਾਡੇ ਬਿੱਲੀ ਤੁਹਾਨੂੰ ਸੁਣਦੇ ਸਨ ਸ਼ੁਰੂ ਤੋਂ ਜੀ ਅੱਜ ਤੋਂ 5 ਸਾਲ ਪਹਿਲਾਂ ਜਾਂ 7 ਸਾਲ ਪਹਿਲਾਂ ਜੀ ਜੀ ਉਹ ਕਦੀ ਉਹਨਾਂ ਨੇ ਇਜ਼ਹਾਰ ਵੀ ਕੀਤਾ ਕਿ ਯਾਰ ਤੇਰਾ ਕੋਈ ਗੱਲ ਤੇਰੇ 'ਚ ਹੈ ਕੋਈ ਕਰੰਟ ਤੂੰ ਅੱਗੇ ਜ਼ਰੂਰ ਜਾ ਜੀ ਜੀ ਬੜਾ ਉਹ ਮੈਂ ਮਾਨ ਆਪਣਾ ਮਾਨਵੀਰ ਮਾਨ ਚੱਠਾ ਫਿਰ ਸਾਧ ਚੱਠਾ ਸੈਨ ਮਾਨ ਅਸੀਂ ਇਕੱਠੇ ਹੀ ਸਾਰੇ ਬੈਠੇ ਸਨ ਤੈਰ ਹੋ ਰਹੀ ਨੇ ਆਪਣੇ ਦੋਵੇਂ ਭਰਾ ਜਿਹੜੇ ਲਿਖਦੇ ਨੇ ਉਹ ਵੀ ਲਿਖਦੇ ਬੜਾ ਸੋਹਣਾ ਲਿਖਦੇ ਨੇ ਮਾਸ਼ਾਅੱਲਾ ਅਤੇ ਉਹ ਜਿਹੜਾ ਅਸੀਂ ਇੱਕ ਜਗ੍ਹਾ ਬੈਠੇ ਸਨ ਅਤੇ ਬਸ ਐਵੇਂ ਗਾਣੇ ਸ਼ੁਰੂ ਕਰਦੇ ਮੈਂ ਨਾ ਬੈਠਾ ਬੈਠਾ ਹੀ ਨਾ ਸ਼ੁਰੂ ਹੋ ਗਿਆ ਅਤੇ ਉਹ ਕਹਿੰਦੇ ਯਾਰ ਤੇਰੀ ਤਾਂ ਮਤਲਬ ਆਵਾਜ਼ ਅੱਛੀ ਹੈ ਤੂੰ ਗਾਇਆ ਕਰ ਮੈਂ ਕਿਹਾ ਯਾਰ ਅਸੀਂ ਤੈਨੂੰ ਪਤਾ ਜੱਟਾਂ ਦੇ ਬਾਲ ਆ ਸਾਡੇ ਇੱਥੇ ਤੈਨੂੰ ਸਾਡਾ ਤੇ ਨਹੀਂ ਆ ਇਹ ਹੁੰਦਾ ਹਿਸਾਬ ਕਿਤਾਬ ਇੱਥੇ ਤੇ ਉੱਧਰ ਉਸ ਪਾਸੇ ਹੁੰਦੇ ਤੇ ਹੋਰ ਸ਼ਾਇਦ ਅਸੀਂ ਕੋਈ ਕਰ ਜਾਂਦੇ ਤੇ ਇੱਧਰ ਤੇ ਬਹੁਤ ਮੁਸ਼ਕਲ ਉਹਨਾਂ ਆਖਿਆ ਯਾਰ ਤੂੰ ਕੋਸ਼ਿਸ਼ ਕਰ ਕੀ ਪਤਾ ਘਰ ਦੇ ਵੀ ਸਪੋਰਟ ਕਰਨ ਇਸ ਚੀਜ਼ ਨੂੰ ਉਹ ਬਸ ਮੈਂ ਐਵੇਂ ਘਰ ਜਿਹੜਾ ਉਹ ਵਾਲ ਸਾਹਿਬ ਅੱਗੇ ਨਾ ਲਿਆ ਉਹਨਾਂ ਆਖਿਆ ਪੁੱਤਰ ਤੂੰ ਤੇਰਾ ਸ਼ੌਕ ਹੈ ਤੂੰ ਕਰ ਲੈ ਉਹਨਾਂ ਖੁੱਲੀ ਇਜਾਜ਼ਤ ਦਿੱਤੀ ਉਹਨਾਂ ਕੋਈ ਵੀ ਰੋਕ ਟੋਕ ਨਹੀਂ ਕੀਤੀ ਲਓ ਜੀ ਇਹ ਅੱਜ ਸਮੇਂ ਵੀ ਇੱਕ ਸਬਕ ਮਿਲਿਆ ਅਲੀ ਬਾਸ ਚਿੱਠਾ ਦੀ ਗੱਲਬਾਤ 'ਚ ਕਿ ਜੇ ਮਾਪੇ ਔਰ ਬਿੱਲੀ ਕਿਸੇ ਨੂੰ ਹੌਲਾਸ਼ੇਰੀ ਦੇਣ ਵੜਿਆ ਤੂੰ ਉਹਦੇ 'ਚ ਲੁਕਿਆ ਹੋਇਆ ਜਿਹੜਾ ਟੈਲੈਂਟ ਹੈ ਜਿਹੜਾ ਲੁਕਿਆ ਹੋਇਆ ਖਜ਼ਾਨਾ ਉਹ ਨਿਕਲ ਆਉਂਦਾ ਅਤੇ ਸਾਨੂੰ ਚਾਹੀਦਾ ਕਿ ਅਸੀਂ ਨਵੀਂ ਪੀੜ੍ਹੀ ਨੂੰ ਹੌਸਲਾ ਦਈਏ ਉਹਨਾਂ ਦੀ ਨਿੰਦਿਆ ਨਾ ਕਰੀਏ ਉਹਨਾਂ ਨੂੰ ਆਪਣੀ ਜ਼ਬਾਨ ਨਾਲ ਜੋੜੀਏ ਅੱਛਾ ਹੁਣ ਤੁਸੀਂ ਤੁਹਾਨੂੰ ਬਾਹਰੋਂ ਵੀ ਜਦੋਂ ਤੁਸੀਂ ਇਹ ਤੁਹਾਡਾ ਗੀਤ ਪੂਰੀ ਦੁਨੀਆ 'ਚ ਪਾਪੂਲਰ ਹੋਇਆ ਅਤੇ ਬਾਹਰੋਂ ਵੀ ਤੁਹਾਨੂੰ ਕੋਈ ਰਾਬਤੇ ਹੋਏ ਕਿਸੇ ਕੰਪਨੀ ਨੇ ਕਿਹਾ ਸਾਨੂੰ ਰਾਈਟਸ ਦੇ ਦਿਓ ਜਾਂ ਸਾਡਾ ਜਿਹੜਾ ਗੀਤ ਹੈ ਸਾਨੂੰ ਦੇ ਦਿਓ ਸਾਡੇ ਲਈ ਗਾਓ ਜੀ ਬਾਹਰੋਂ ਉਹਨਾਂ 'ਤੇ ਵੈਸੇ ਤਾਂ ਬਹੁਤ ਪਿਆਰ ਮਿਲਿਆ ਲੋਕਾਂ ਦੀ ਤਰਫੋਂ ਅਤੇ ਜਿਹੜਾ ਤੁਸੀਂ ਗੱਲ ਕੀਤੀ ਗਾਉਣ ਦੀ ਜਾਂ ਰਾਈਟਸ ਦੀ ਉਹ ਜਿਹੜਾ ਉਹ ਵੀ ਜਿਹੜਾ ਰਾਬਤਾ ਹੋਇਆ ਅਤੇ ਇੱਕ ਦੋ ਕੰਪਨੀਜ਼ ਨੇ ਰਾਬਤਾ ਕੀਤਾ ਅਤੇ ਉਹਨਾਂ ਨੇ ਕਿਹਾ ਕਿ ਅਸੀਂ ਨੈਕਸਟ ਫਿਊਚਰ ਜਿਹੜਾ ਕੋਸ਼ਿਸ਼ ਕਰਾਂਗੇ ਥੋੜ੍ਹਾ ਜਿਹਾ ਕਰੋਨਾ ਦਾ ਤੁਹਾਨੂੰ ਪਤਾ ਚੱਲਦਾ ਮਸਲਾ ਅਤੇ ਇਨਸ਼ਾਅੱਲਾ ਅੱਗੇ ਕੋਸ਼ਿਸ਼ ਕਰਾਂਗੇ ਕਿ ਇਕੱਠੇ ਜਿਹੜਾ ਨਾ ਦੋਵੇਂ ਪੰਜਾਬ ਰੱਖ ਕੇ ਕੋਈ ਚੀਜ਼ ਕਰੀਏ ਹਾਂਜੀ ਅਤੇ ਇਨਸ਼ਾਅੱਲਾ ਉਸ ਤੋਂ ਬਾਅਦ ਜੋ ਬੋਲਦੇ ਨੇ ਜੋ ਲਿਖਦੇ ਨੇ ਉਹ ਸਾਰਾ ਕੁਝ ਜਿਹੜਾ ਨਾ ਉਹ ਸਾਡੇ ਵਾਸਤੇ ਸਮਝ ਲਓ ਕਿ ਇੱਕ ਬੜਾ ਵੱਡਾ ਸਬਕ ਹੁੰਦਾ ਹਰ ਚੀਜ਼ ਹਰ ਗੱਲ 'ਚ ਹੁਣ ਮਾਨ ਸਾਹਿਬ ਜਿਹੜੇ ਨੇ ਉਹ ਇੱਕ ਜਗ੍ਹਾ ਉਹ ਸਟੇਜ 'ਤੇ ਖਲੋ ਕੇ ਕਹਿ ਰਹੇ ਨੇ ਮਾਫ਼ੀ ਮੈਂ ਤਾਂ ਨਹੀਂ ਮਾਫ਼ੀ ਮੰਗਦਾ ਮੈਂ ਤਾਂ ਗਾਂਧੀ ਦੀ ਰੇਲ ਬਣਾ ਦਿੱਤੀ ਪੂਰੇ ਮੁਲਕ ਮੇਰੇ ਪਿੱਛੇ ਲੱਗਾ ਮੈਂ ਉਹਨਾਂ ਕੋਲ ਮਾਫ਼ੀ ਨਹੀਂ ਮੰਗੀ ਤੁਹਾਡੇ ਕੋਲ ਕਿਉਂ ਮੰਗਾ ਉਹ ਕਿਸੇ ਨੂੰ ਮੁਖਾਤਬ ਕਰਕੇ ਗੱਲ ਕਰ ਰਹੇ ਸਨ ਅਤੇ ਵੇਖੋ ਨਾ ਇੱਕ ਬੰਦੇ ਦੇ ਵਿੱਚ ਜਿਗਰਾ ਹੁੰਦਾ ਹੈ ਜੋ ਜੋ ਜਜ਼ਬਾ ਹੈ ਅਤੇ ਉਹ ਇਹ ਗੱਲ ਕਰਦਾ ਹੋਵੇ ਫਿਰ ਉਸ ਤੋਂ ਬਾਅਦ ਮੋਦੀ ਨੂੰ ਸਿੱਧੇ ਹੋ ਗਏ ਮਾਨ ਸਾਹਿਬ ਅਤੇ ਮਾਨ ਸਾਹਿਬ ਦੇ ਤੁਸੀਂ ਵੇਖੋ ਕਿ 70
परसेंट तो ज्यादा गाने जेड़े ने अपने किसान वास्ते ने जी बड़ी वड्डी गल है कल्चर नु बहुत ज्यादा अगे प्रमोट कीता जी ਨਾਲੇ ਇਹ ਤੇ ਜਨਤਾ ਨੂੰ ਹੋਣਾ ਚਾਹੀਦਾ ਹੈ ਕਿ ਜ਼ਾਲਮ ਨੂੰ ਜ਼ਾਲਮ ਕਹਿਣਾ ਚਾਹੀਦਾ ਹੈ ਜੀ ਜੀ ਬਿਲਕੁਲ ਸਾਡੇ ਤੇ ਅਹਿਲੇ ਬੈਤ ਤੇ ਸਾਡੇ ਨੇ ਇਸਲਾਮ ਨੇ ਤੇ ਇਮਾਮ ਹੁਸੈਨ ਨੇ ਜੀ ਜੀ ਸਭ ਇਹ ਸਿਖਾਇਆ ਉਹਨਾਂ ਨੇ ਬਿਲਕੁਲ ਬਿਲਕੁਲ ਤੇ ਉਹ ਅਸੀਂ ਸਮਝਨੇ ਕਿ ਪੰਜਾਬੀ ਖਾਸ ਤੌਰ ਤੇ ਮਾਰੇ ਨਾਲ ਖਲੋਣ ਦਾ ਕਿੱਥੇ ਕਲਚਰ ਹੈ ਬਿਲਕੁਲ ਮੈਨੂੰ ਇੱਕ ਦੋਸਤ ਕਹਿ ਰਹੇ ਸੀ ਕਿ ਪਿੰਡਾਂ 'ਚ ਅਜੇ ਵੀ ਕੋਈ ਬੰਦਾ ਭੁੱਖਾ ਨਹੀਂ ਸੌਂਦਾ ਕਿਉਂਕਿ ਇੱਕ ਤਲਕ ਹੁੰਦਾ ਕੋਈ ਮਾੜਾ ਵੀਰ ਦੂਜੇ ਨੂੰ ਰੋਟੀ ਆ ਜਾਂਦੀ ਸ਼ਹਿਰਾਂ 'ਚ ਲੋਕਾਂ ਨੂੰ ਨਹੀਂ ਪਤਾ ਇੱਕ ਦੂਜੇ ਦਾ ਹਾਂਜੀ ਤੇ ਅਸੀਂ ਇਹ ਜਿਹੜਾ ਤੁਸੀਂ ਹੁਣ ਆਪਣਾ ਮੈਂ ਤੁਹਾਨੂੰ ਦੱਸਦਾ ਜਾਵਾਂਗੇ ਅਲੀ ਬੱਸ ਸਟੇਸ਼ਨ ਸਾਹਿਬ ਪਿੰਡੀ ਹੁੰਦੇ ਨੇ ਆਪਣੇ ਕੰਮ ਕਾਜ ਲਈ ਤੇ ਜਦੋਂ ਇਹਨਾਂ ਨਾਲ ਰਾਬਤਾ ਹੋਇਆ ਤੇ ਮੈਂ ਇਹਨਾਂ ਨੂੰ ਇੱਕ ਆਪਦੇ ਉਹਨਾਂ ਬੇਨਤੀ ਵੀ ਕੀਤੀ ਕਿ ਲਾਹੌਰ ਜਿਸ ਤਰ੍ਹਾਂ ਪੰਜਾਬੀ ਦਾ 21 ਫਰਵਰੀ ਨੂੰ ਮਹਾਂਪੁਰੀ ਦਿਹਾੜ ਬਣਾਇਆ ਜਾ ਰਿਹਾ ਉਹਦੇ 4 ਫਲੋਹਾਰ ਅਲੀ ਆ ਰਹੇ ਨੇ ਕਿਉਂਕਿ ਸਾਰੇ ਪੰਜਾਬੀ ਆਉਣਾ ਚਾਹੀਦਾ ਤੇ ਮੈਂ ਇਹਨਾਂ ਨੂੰ ਕਿਹਾ ਕਿ ਸਾਡੀ ਪਿੰਡੀ ਰੇਲੀ ਹੈ 12 ਵਜੇ ਪੰਜਾਬ ਲੋਕ ਸਾਂਝ ਦੀ ਇਹ ਪੰਜਾਬ ਸਾਂਝ ਸੇਵਕ ਦੀ ਸਾਡੇ ਦੋਸਤ ਵਾਲਾ ਸਾਹਿਬ ਕਰ ਰਹੇ ਨੇ ਪੰਜਾਬ ਸੇਵਕ ਸਾਂਝ ਉੱਤੇ ਅਤੇ ਇਸਲਾਮਾਬਾਦ ਅਸੀਂ 5-6 ਤਨਦੀਮਾਂ ਰਲ ਕੇ ਕਰ ਰਹੀਆਂ ਤੇ ਅਸੀਂ ਇਹਨਾਂ ਨੂੰ ਕਹਾਂਗੇ ਜਦੋਂ ਇੱਥੇ ਹੋਣ ਤੇ ਸਾਡੇ ਉਦੋਂ ਚੇਚੇ ਪ੍ਰਾਹੁਣੇ ਹੋਣ ਤਾਂ ਕਿ ਇਹਨਾਂ ਨੂੰ ਵੇਖ ਕੇ ਨਵੀਂ ਪੀੜ੍ਹੀ ਨਾਲ ਜੁੜੇ ਉੱਥੇ ਅਸੀਂ ਉਹ ਗੀਤ ਲੋਕਾਂ ਨਾਲ ਸਾਂਝੇ ਕਰੀਏ ਆਪਣੀ ਮਾਂ ਬੋਲੀ ਦਾ ਲੋਕਾਂ ਨੂੰ ਦੱਸੀਏ ਕਿ ਇਹ ਮਾਂ ਬੋਲੀ ਕਿੱਡੀ ਸੋਹਣੀ ਅਤੇ ਸੁੱਚੀ ਹੈ ਔਰ ਇਹਦੇ ਜਿਹੜਾ ਸੂਫੀਆਂ ਦਾ ਸਿਣਿਆ ਹੈ ਉਸ ਹੁਣ ਤੇ ਮੈਂ ਵੇਖਿਆ ਕਈ ਸਿੱਖਾਂ ਨਾਲ ਗੱਲ ਹੁੰਦੀ ਹੈ ਉਹਨਾਂ ਨੂੰ ਸਮਝ ਆ ਗਈ ਕਿ 73 ਸਾਲਾਂ 'ਚ ਕਿ ਸਾਨੂੰ ਸਭ ਇਹਨਾਂ ਕਿਵੇਂ ਲੜਾਇਆ ਗਿਆ ਬਿਲਕੁਲ ਜੀ ਉਹਨਾਂ ਨੂੰ ਜੋ ਕੁਝ ਉੱਥੇ ਪੜ੍ਹਾਇਆ ਜਾਂਦਾ ਜਾਂ ਦੱਸਿਆ ਜਾਂਦਾ ਪੜ੍ਹਾਉਣੀ ਹੈ ਨਾ ਜੀ ਉਹਨਾਂ ਦੇ ਜ਼ਿਹਨ ਦੇ ਵਿੱਚ ਜਿਹੜੀ ਗੱਲ ਤੁਸੀਂ ਪਾਣੀ ਨੂੰ ਸਮਝੋ ਪੜ੍ਹਾਏ ਗਏ ਹੋ ਤੁਸੀਂ ਉਹਨਾਂ ਹਰ ਟਾਈਮ ਮੀਡੀਆ ਨੈਗੇਟਿਵ ਜਿਹੜਾ ਉਹ ਕਰਦਾ ਕਵਰੇਜ ਕਰਕੇ ਉਹਨਾਂ ਨੂੰ ਸੁਣਾਉਂਦਾ ਕਿ ਪਾਕਿਸਤਾਨ ਵਿੱਚ ਆਹ ਹੋ ਗਿਆ ਇੰਜ ਹੋ ਗਿਆ ਉਹ ਹੋ ਗਿਆ ਅਤੇ ਉਹ ਫਿਰ ਜਦੋਂ ਇੱਥੇ ਆਉਂਦੇ ਨੇ ਤਾਂ ਆ ਕੇ ਲੋਕਾਂ ਨੂੰ ਵਹਿੰਦੇ ਨੇ ਲੋਕਾਂ ਦਾ ਪਿਆਰ ਜਦੋਂ ਉਹਨਾਂ ਨੂੰ ਮਿਲਦਾ ਅਤੇ ਫਿਰ ਉਹ ਆਰਾਮ ਦੇ ਅੱਗੇ ਬੱਕੇ ਰਹਿ ਜਾਂਦੇ ਅਤੇ ਯਾਰ ਇਹ ਜੋ ਅਸੀਂ ਸੁਣਦੇ ਹਾਂ ਉਹ ਤਾਂ ਬਿਲਕੁਲ ਹੀ ਹੋਰ ਤਰ੍ਹਾਂ ਜੀ ਮੈਂ ਸਮਝਦਾ ਜੋ ਦਾ ਪਾਕਿਸਤਾਨ ਬਣਿਆ ਹੈ ਇਹ ਪਾਕਿਸਤਾਨੀਆਂ ਨੇ ਸਿੱਖਾਂ ਨੂੰ ਦੱਸਿਆ ਕਿ ਅਸੀਂ ਕੀ ਹਾਂ ਉਹਨਾਂ ਨੂੰ ਪਿਆਰ ਦਿੱਤਾ ਹੈ ਮਾਣ ਦਿੱਤਾ ਹੈ ਉਹਨਾਂ ਦੇ ਮਜ਼ਹਬੀ ਜਿਹੜੀਆਂ ਥਾਵਾਂ ਨੇ ਉਹਨਾਂ ਤੇ ਆਉਣ ਦੀ ਆਜ਼ਾਦੀ ਦਿੱਤੀ ਔਰ ਜਿਹੜਾ ਲਾਂਘਾ ਉਹ ਬਣਾਇਆ ਹੈ ਜੀ ਦੇਖੋ ਕਿੱਡੀ ਵੱਡੀ ਪਾਕਿਸਤਾਨੀ ਹਕੂਮਤ ਦਾ ਇੱਕ ਕਦਮ ਹੈ ਜੀ ਕਰਤਾਰਪੁਰ ਲਾਂਘਾ ਉਹਨਾਂ ਨੂੰ ਜਿਹੜੇ ਖਾਬ ਸਿਰਾਂ ਦੇ ਪੂਰੇ ਹੋ ਰਹੇ ਨੇ ਤੇ ਜਿਹੜੇ ਅੱਜ ਉਹ ਅਗਰ ਪਾਕਿਸਤਾਨ ਦੀ ਗੱਲ ਕਰਦੇ ਨੇ ਤੇ ਉਹ 73 ਸਾਲਾਂ ਦਾ ਸਾਡਾ ਸੁਭਾਅ ਹੈ ਬਿਲਕੁਲ ਜਿਹਦੇ ਨਾਲ ਸਾਡੇ ਨੇੜੇ ਲੱਗੇ ਨੇ ਔਰ ਜ਼ਾਹਿਰ ਹੈ ਅਸੀਂ ਇੱਕ ਤਰ੍ਹਾਂ ਹੀ ਗੱਲ ਕਰਨੇ ਆ ਸਾਡੇ ਪੰਜਾਬੀ ਭਰਾ ਨੇ ਤੇ ਤੁਸੀਂ ਸਾਂਝੇ ਪੰਜਾਬ ਦੀ ਅਕਸਰ ਤੁਹਾਡੇ ਗੀਤਾਂ 'ਚ ਗੱਲ ਹੁੰਦੀ ਹੈ ਕਿ ਅਸੀਂ ਤੇ ਇਹ ਤੁਸੀਂ ਕੀ ਸਮਝਦੇ ਹੋ ਕਿ ਅਸੀਂ ਇੱਥੇ ਉੱਥੇ ਬਹਿ ਕੇ ਵੀ ਸਾਂਝੇ ਹੀ ਹਾਂ ਬਿਲਕੁਲ ਜੀ ਲੀਕਾਂ ਨੇ ਸਾਡਾ ਕੁਛ ਵੀ ਨਹੀਂ ਵਿਗਾੜ ਸਕਦੀਆਂ ਸਾਨੂੰ ਤੇ ਅੱਡ ਨਹੀਂ ਕਰ ਸਕਦੀਆਂ ਜਿਹੜਾ ਮੁਕਤ ਫੈਕਟ ਦੂਸਰੇ ਤੋਂ ਨਹੀਂ ਕਰ ਸਕਦੇ ਇੱਕੋ ਕੁਝ ਹੀ ਹਾਂ ਅਸੀਂ ਸਾਰੇ ਰਾਤੀ ਇੱਕ ਆਪਣੇ ਬਹੁਤ ਹੀ ਪਿਆਰੇ ਕਹਿ ਸਕਦੇ ਹੋ ਦੋਸਤ ਵੀ ਭਾਈ ਵੀ ਕਹਿ ਸਕਦੇ ਹੋ ਉਹਨਾਂ ਨਾਲ ਗੱਲ ਹੋ ਰਹੀ ਸੀ ਮੈਂ ਕਿਹਾ ਯਾਰ ਕਦੀ ਇੰਜ ਹੋਇਆ ਵੀ ਰਜਾਈ 'ਚ ਠੰਡ ਵੜਦੀ ਹੋਵੇ ਤੇ ਪਤਾ ਨਾ ਲੱਗਦਾ ਹੋਵੇ ਕਿੱਥੋਂ ਵੜਦੀ ਆਉਂਦਾ ਬੜੀ ਵਾਰੀ ਇੰਜ ਹੋਇਆ ਤੁਸੀਂ ਇਹ ਕੰਮ ਕਰੋਗੇ ਤੁਸੀਂ ਨਾ ਲੱਤਾਂ ਚੁੱਕ ਕੇ ਰਜਾਈ ਜਿਹੜੀ ਉਹ ਨਾ ਉਹ ਗੁੰਜ ਲਓ ਮੈਂ ਬੜਾ ਹੱਸਿਆ ਮੈਂ ਕਿਹਾ ਯਾਰ ਬਾਕੀ ਅੱਜ ਪਤਾ ਲੱਗਿਆ ਕਿ ਬਾਕੀ ਪੰਜਾਬ ਹਰ ਪਾਸੇ ਇੱਕੋ ਜਿਹਾ ਹੀ ਦੇਖੋ ਕਿ ਪੰਜਾਬ ਜਿਹੜਾ ਵੀ ਨਾ ਉਹ ਸਿਰਫ ਕਹਿ ਸਕਦੇ ਹੋ ਕਿ ਸਿਰਫ ਇੱਧਰੋਂ ਜਾਂ ਉੱਧਰੋਂ ਜਿਹੜੇ ਮਤਲਬ ਏਰੀਆਸ ਨੇ ਉਹ ਸਿਰਫ ਪੰਜਾਬ ਨੇ ਪੰਜਾਬ ਇੱਕ 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 ਹਵਾ ਦਾ ਨਾਮ ਹੈ ਜਿਹੜੇ ਪਾਸੇ ਚੱਲ ਗਈ ਹੈ ਨਾ ਉੱਧਰ ਨੂੰ ਉਹਦਾ ਫਿਰ ਜਿੱਧਰ ਜਿੱਧਰ ਨੂੰ ਰੁੱਖ ਹੋ ਗਿਆ ਉੱਧਰ ਫਿਰ ਜਿਹੜਾ ਉਹਨੂੰ ਮਮਤਾ ਹੀ ਵੰਡਦਿਆਂ ਜਾਣਾ ਠੀਕ ਹੈ ਉੱਧਰ ਨੂੰ ਉਹਦਾ ਕਲਚਰ ਜਿਹੜਾ ਵੱਧਦਾ ਹੀ ਜਾਣਾ ਅਸੀਂ ਆਪ ਜਿਹੜਾ ਇਸ ਚੀਜ਼ ਦੀ ਕੋਸ਼ਿਸ਼ ਜੇ ਕਰੀਏ ਤਾਂ ਅਸੀਂ ਆਪਣੇ ਕਲਚਰ ਨੂੰ ਸਮੇਟ ਸਕਦੇ ਹਾਂ ਅਤੇ ਮੈਂ ਤਾਂ ਮਤਲਬ ਕੋਸ਼ਿਸ਼ ਕਰ ਰਿਹਾ ਕਿ ਇਨਸ਼ਾਅੱਲਾ ਨੈਕਸਟ ਜਿਹੜਾ ਅਸੀਂ ਹੁਣ ਅਪ੍ਰੈਲ ਦੇ ਵਿੱਚ ਜਦੋਂ ਵਿਸਾਖੀ ਦਾ ਆਉਂਦਾ ਹੈ ਤਿਉਹਾਰ ਆਉਂਦਾ ਕੋਸ਼ਿਸ਼ ਕਰੀਏ ਆਪਣੇ ਪਿੰਡ ਤੋਂ ਆਗਾਜ਼ ਕਰੀਏ ਇੱਕ ਛੋਟਾ ਜਿਹਾ ਮੇਲਾ ਜਿਹੜਾ ਉਹਨੇ ਕਾਦ ਉਹਦਾ ਕਰੀਏ ਇਨਸ਼ਾਅੱਲਾ ਉਹਦਾ ਥੋੜ੍ਹਾ ਜਿਹਾ ਜੀ ਦੇਖੋ ਜੁੜਨ ਨਾਲ ਕਿੰਨਾ ਸਮਾਂ ਹੁੰਦਾ ਵੀ ਜਿਵੇਂ 21 ਤਰੀਕ ਨੂੰ ਉਸੇ ਪੰਜਾਬ ਅਗਰੀ ਪ੍ਰਚਾਰ ਪੰਜਾਬੀ ਕਾ ਪੰਜਾਬੀ ਪ੍ਰਚਾਰ ਸਾਰੀਆਂ ਤਨਜ਼ੀਮਾਂ ਰਲ ਕੇ ਇੱਥੇ ਕਰ ਰਹੀਆਂ ਨੇ ਜੀ ਜੀ ਉਹ ਜਿਵੇਂ ਅਸੀਂ ਪਹਿਲੇ ਕਰਨੇ ਤੁਹਾਡੇ ਉਹਨਾਂ ਯਕੀਨਨ ਉਹਨੂੰ ਹੋਰ ਇੱਕ ਉਹਨੂੰ ਰੰਗ ਮਿਲੇਗਾ ਇਨਸ਼ਾਅੱਲਾ ਅਸੀਂ ਕੋਸ਼ਿਸ਼ ਕਰਾਂਗੇ ਹਾਂ ਜ਼ਰੂਰ ਸਾਰੇ ਤੇ ਅੱਛਾ ਜਿਹੜਾ ਕੋਈ ਐਸਾ ਗੀਤ ਨਵਾਂ ਜਿੱਥੇ ਅੱਜ ਕੱਲ੍ਹ ਕੰਮ ਕਰ ਰਹੇ ਹੋ ਤੇ ਲੋਕਾਂ ਨੇ ਪਹਿਲਾਂ ਨਾ ਸੁਣਿਆ ਹੋਵੇ ਇੱਕਦਾਰ ਬੋਲ ਕੋਈ ਤਾਂ ਤੁਹਾਨੂੰ ਕੋਈ ਨਵੀਂ ਸ਼ੈ ਵਿੱਚ ਖਾ ਦਈਏ ਕਿ ਕੋਈ ਨਵੀਂ ਚੀਜ਼ ਵੀ ਜਿਹੜੀ ਜਿੱਥੇ ਅੱਜ ਕੱਲ੍ਹ ਕੰਮ ਕਰ ਰਹੇ ਹੋ ਜਾਂ ਕੋਈ ਗੁਣਗੁਣਾ ਰਹੇ ਹੋ ਅੱਜ ਕੱਲ੍ਹ ਕਿਤੇ ਮੈਂ ਵੈਸੇ ਜਿਹੜਾ ਲਿਖਿਆ ਤਾਂ ਨਹੀਂ ਅੱਜ ਮੈਂ ਵੀ ਕਹਿ ਦਿਆਂ ਕਿ ਮੈਂ ਲਿਖਿਆ ਲੇਕਿਨ ਮੈਂ ਸੋਚ ਰਿਹਾ ਵਾਂ ਕਿ ਇੱਕ ਇਨਸ਼ਾਅੱਲਾ ਗਾਣਾ ਅਸੀਂ ਜਦੋਂ ਸਾਡੇ ਕਿਸਾਨ ਭਰਾ ਕਾਮਯਾਬ ਹੋ ਜਾਣਗੇ ਅਤੇ ਫਿਰ ਉਹਨਾਂ ਵਾਸਤੇ ਅਸੀਂ ਬਿਹਤਰੀਨ ਜੈਕ ਜਿਹੜਾ ਆਪਣੇ ਲਹਿੰਦੇ ਪੰਜਾਬ ਨੂੰ ਜਿਹੜਾ ਉਹਨਾਂ ਵਾਸਤੇ ਤੋਹਫਾ ਜਿਹੜਾ ਵਾਹ ਕਰਾਂਗੇ ਇਨਸ਼ਾਅੱਲਾ ਬਿਲਕੁਲ ਠੀਕ ਅਤੇ ਕਿੰਨੇ ਤੁਹਾਡੇ ਗੀਤ ਹਜੇ ਤੱਕ ਜਿਹੜੇ ਤੁਸੀਂ ਗਾਏ ਨੇ ਇਹ ਦੋ ਤਾਂ ਬਹੁਤ ਮਸ਼ਹੂਰ ਹੋਏ ਹਾਂਜੀ ਹਾਂਜੀ ਇਹਨਾਂ ਤੋਂ ਇਲਾਵਾ ਕਿੰਨੇ ਨੇ ਕੁੱਲ ਗੀਤ ਤੁਹਾਡੇ ਜਿਹੜੇ ਤੁਸੀਂ ਗਾ ਚੁੱਕੇ ਇੱਕ ਸਾਡਾ 2-4 ਦਿਨ ਪਹਿਲਾਂ ਇੱਕ ਆਇਆ ਗੀਤ ਕਸ਼ਮੀਰ 'ਤੇ
ਅੱਛਾ ਜੀ ਹਾਂ ਜੀ ਤੇ 5 ਫਰਵਰੀ ਤੇ ਤੁਸੀਂ ਕੀਤਾ 5 ਫਰਵਰੀ ਜੋ ਜੋ ਜੀ ਜੀ ਕਸ਼ਮੀਰ ਜੀ ਅੱਛਾ ਤੇ ਉਸ ਤੋਂ ਪਹਿਲੇ ਜਿਹੜੇ ਨੇ ਸਾਡੇ ਗਾਣੇ ਤਕਰੀਬਨ 7 ਗਾਣੇ ਜਿਹੜੇ ਨੇ ਉਸ ਤੋਂ ਪਹਿਲੇ ਆ ਚੁੱਕੇ ਨੇ ਭੁਲੇਖੇ ਸੀ ਉਸ ਤੋਂ ਬਾਅਦ ਆ ਵੀ ਇੱਥੇ ਆਰ ਤੇ ਆਪਣਾ ਰਿਮਾਂਡ ਰੂਮ ਫਿਰ ਲੈਂਦੇ ਵਾਲਾ ਜੱਟ ਉਸ ਤੋਂ ਬਾਅਦ ਹੈਵਾਨੀਅਤ ਹੈਵਾਨੀਅਤ ਜਿਹੜਾ ਉਹ ਬਣਾਇਆ ਸੀ ਅਸਾਂ ਉਹ ਜਿਹੜੇ ਮੋਟਰਵੇ ਤੇ ਹਾਦਸਾ ਆਇਆ ਸੀ ਲੇਡੀਜ਼ ਸਨ ਉਹਨਾਂ ਨਾਲ ਤੇ ਉਹਨਾਂ ਵਾਸਤੇ ਬਣਾਇਆ ਸੀ ਹੈਵਾਨੀਅਤ ਸੌਂਗ ਕਸ਼ਮੀਰ ਵਾਲੇ ਗੀਤ ਉਹਦੇ ਕੋਲ ਦੋ ਬੋਲ ਸੁਣਾ ਦਿਓ ਤਾਂ ਕਿ ਅਸੀਂ ਬੜਾ ਤੁਹਾਡਾ ਟਾਈਮ ਲਿਆ ਤੁਸੀਂ ਤਸ਼ਰੀਫ ਲਿਆ ਸੋ ਤੇ ਮੈਂ ਵਿੱਚੋਂ ਹੀ ਅੱਜ ਕਸ਼ਮੀਰ ਦਾ ਜਿਹੜਾ ਸੌਂਗ ਏ ਉਹ ਥੋੜਾ ਜਿਹਾ ਕਹਿ ਸਕਦੇ ਹੋ ਕਿ ਚਲੋ ਇਮੋਸ਼ਨਲ ਜਿਹਾ ਸੌਂਗ ਏ ਕੋਈ ਗੱਲ ਨਹੀਂ ਜੋ ਸੱਚ ਦੇ ਇਹ ਭਾਜੀ ਕਿ ਇੱਕ ਖਾਸ ਆਬਾਦੀ ਨੂੰ ਇੰਨੇ ਅਰਸੇ ਤੋਂ ਹੱਕ ਨਹੀਂ ਦਿੱਤਾ ਜਾ ਰਿਹਾ ਹਾਂਜੀ ਤਾਂ ਦੁਨੀਆ ਭਰ 'ਚ ਇਹ ਗੱਲ ਤੇ ਚੁੱਭਦੀ ਹੈ ਲੋਕਾਂ ਨੂੰ ਔਰ ਕਿਹੜਾ ਇਨਸਾਨ ਹੈ ਜਿਹੜਾ ਉਹ ਦੁੱਖ ਨੂੰ ਮਹਿਸੂਸ ਨਹੀਂ ਕਰਦਾ ਹੈ ਮੈਂ ਸੁਣਾ ਦੇਣਾ ਜੀ ਨਾ ਮੇਰਾ ਕੋਈ ਬਣਦਾ ਏ ਨਾ ਮੇਰਾ ਕੋਈ ਸਹਾਰਾ ਜੀ ਦੁਨੀਆ ਦੇਖ ਅਣ ਦੇਖਾ ਕਰ ਜੇ ਜਿਵੇਂ ਕੋਈ ਟੁੱਟਿਆ ਤਾਰਾ ਜੀ ਆਪਣੀ ਆਜ਼ਾਦੀ ਲਈ ਮੈਂ ਰੋਵਾਂ ਕੁਝ ਖੋਣ ਨੂੰ ਬਚਿਆ ਨਹੀਂ ਜੋ ਖੋਵਾਂ ਹੁੰਦਾ ਨੀ ਕੋਈ ਚਾਰਾ ਮੈਥੋਂ ਉਮੀਦ ਨਾ ਮੈਨੂੰ ਜ਼ਮਾਨਿਆਂ ਤੈਥੋਂ ਮੈਂ ਜਿਵੇਂ ਕੋਈ ਯਤੀਮ ਲਚਾਰਾ ਨਾ ਮੇਰਾ ਕਸ਼ਮੀਰ ਵਿਚਾਰਾ ਨਾ ਮੇਰਾ ਕਸ਼ਮੀਰ ਵਿਚਾਰਾ ਕਹਿੰਦੇ ਨੇ ਕਸ਼ਮੀਰ ਵਿਚਾਰਾ ਕਹਿੰਦੇ ਨੇ ਕਸ਼ਮੀਰ ਵਿਚਾਰਾ ਵਾਹ ਉਹ ਕਹਦਾ ਵਿਚਾਰਾ ਜਿਹੜੇ ਇੰਦੀ ਜਦੋਂ ਜਦ ਕਰ ਰਹੇ ਨੇ ਆਪਣੇ ਸਿਰਾਂ ਦੇ ਨਜ਼ਰਾਨੇ ਦੇ ਰਹੇ ਨੇ ਜਦੋਂ ਤੱਕ ਉਹਨਾਂ ਗੁਲਾਮੀ ਨਹੀਂ ਮੰਨਿਆ ਤੇ ਦੁਨੀਆ ਭਰ ਦੀਆਂ ਤਰੀਕਾਂ ਹੈਰਾਨ ਨੇ ਕਿ ਇਹ ਕਿਹੜਾ ਜਜ਼ਬਾ ਹੈ ਜਿਹੜਾ ਉਹਨਾਂ ਨੂੰ ਨਹੀਂ ਖਲੋਟ ਦਿੰਦਾ ਕਿਉਂਕਿ ਆਜ਼ਾਦੀ ਸਭ ਤੋਂ ਵੱਡੀ ਨਿਮਤ ਹੈ ਜੀ 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 ਤੇ ਹੋਰ ਜਿਹੜਾ ਤੁਸੀਂ ਸੁਣ ਵਾਲਿਆਂ ਨੂੰ ਜਿਹੜੇ ਸਾਨੂੰ ਸੁਣ ਰਹੇ ਦੋ ਪੰਜਾਬਾਂ 'ਚ ਦੁਨੀਆ ਭਰ 'ਚ ਦੋਸਤ ਤੇ ਉਹਨਾਂ ਨੂੰ ਸੁਨੇਹਾ ਦੇਣਾ ਚਾਹੋ ਤੁਸੀਂ ਮਾਂ ਬੋਲੀ ਦੇ ਹਵਾਲੇ ਨਾਲ ਬਲਕਿ ਮੈਂ ਉਹ ਵੀ ਗੱਲ ਕਰਨਾ ਚਾਹਾਂਗਾ ਤੁਹਾਡਾ ਗੀਤ ਕਿਸੇ ਨੇ ਇਹ ਕਾਪੀਰਾਈਟ ਕਿਸੇ ਹੋਰ ਨੇ ਦੋ ਨੰਬਰੀ ਨਾਲ ਆਪਣੇ ਨਾਲ ਆ ਲਏ ਨੇ ਤੇ ਉੱਤੇ ਇਨਸ਼ਾਅੱਲਾ ਅਸੀਂ ਰੱਖ ਕੇ ਉੱਤੇ ਆਵਾਜ਼ ਚੁੱਕਾਂਗੇ ਕਿਉਂਕਿ ਤੁਹਾਡਾ ਗੀਤ ਉਹ ਕਿਸੇ ਹੋਰ ਕੋ ਕਿਵੇਂ ਜਾ ਸਕਦਾ ਤੇ ਉਹ ਅਸੀਂ ਬਿਲਕੁਲ ਆਪਣੇ ਦੋਸਤਾਂ ਨੂੰ ਵੀ ਕਵਾਂਗੇ ਔਰ ਉਹ ਜ਼ਾਹਿਰ ਸੱਚੇ ਉਹ ਤੁਹਾਡੀ ਇੱਛਾ ਹੈ ਵੀ ਉਹਦਾ ਹੱਕ ਤੁਹਾਡੇ ਕੋਲ ਹੋਣਾ ਚਾਹੀਦਾ ਕੁਛ ਸੁਣਿਆ ਤੁਸੀਂ ਦੇਣਾ ਚਾਹੋ ਨਵੀਂ ਪੀੜ੍ਹੀ ਨੂੰ ਸੌਂਗ ਦਾ ਜਿਹੜਾ ਉਹ ਮਸਲਾ ਬਣਿਆ ਉਹ ਕੋਈ ਟੈਨਸ਼ਨ ਨਹੀਂ ਦੇਖੋ ਜੀ ਮੈਂ ਤੇ ਬਗੈਰ ਕਿਸੇ ਲਾਲਚ ਤੋਂ ਜਾਂ ਕਿਸੇ ਸ਼ੋਹਰਤ ਦੇ ਲਾਲਚ ਤੋਂ ਜਾਂ ਉਹ ਮੈਂ ਕੰਮ ਕੀਤਾ ਤੇ ਉਹਦੇ ਵਿੱਚ ਗਾ ਵੀ ਮੈਂ ਰਿਹਾ ਵਾਂ ਬੋਲ ਵੀ ਮੈਂ ਰਿਹਾ ਵਾਂ ਉਹਦਾ ਮੈਨੂੰ ਫਾਇਦਾ ਆਵੇ ਨਾ ਆਵੇ ਲੇਕਿਨ ਮੈਂ ਸਮਝਿਆ ਕਿ ਉਹ ਮੇਰਾ ਜਿਹੜਾ ਜਿਹੜੀ ਮੇਰੀ ਕੋਸ਼ਿਸ਼ ਸੀ ਉਹ ਕਾਮਯਾਬ ਹੋ ਗਈ ਲੋਕਾਂ ਤੱਕ ਪਹੁੰਚ ਗਈ ਬਸ ਗੱਲ ਵਾਹ ਵਾਹ ਕਿੱਡੀ ਸੋਹਣੀ ਤੁਹਾਡੀ ਸੋਚ ਹੈ ਹਾਂਜੀ ਉਹ ਕਹਿੰਦੇ ਨੇ ਪੁੱਛੀਆ ਕੰਧਾ ਡੱਕਣਾ ਸੱਕਣ ਫੁੱਲਾਂ ਦੇ ਚਬੋ ਤੇ ਫੁੱਲਾਂ ਦੇ ਚਬੋ ਨਹੀਂ ਡੱਕੀ ਜਾਣੀ ਭਾਵੇਂ ਕੋਈ ਵੀ ਉਹਨੂੰ ਦਾਵਾ ਕਰੇ ਹਾਂਜੀ ਲੇਕਿਨ ਅਸੀਂ ਪੰਜਾਬੀ ਦੋਸਤ ਮਿਲ ਕੇ ਤੇ ਜ਼ਰੂਰ ਇੱਕ ਇਕੱਠਾ ਇੱਕ ਅਸੀਂ ਕਦਮ ਚੁੱਕਾਂਗੇ ਰਲਵਾਂ ਤਾਂ ਕਿ ਅਸੀਂ ਇੱਕ ਦੂਜੇ ਨੂੰ ਹੱਕ ਨਾ ਦਵਾ ਸਕੇ ਤੇ ਫਿਰ ਸਾਡੇ ਇਕੱਠੇ ਰਹਿਣ ਦਾ ਵੀ ਕੋਈ ਫਾਇਦਾ ਨਹੀਂ ਤੇ ਕੀ ਤੁਸੀਂ ਕਹਿਣਾ ਚਾਹੋਗੇ ਜੀ ਨੌਜਵਾਨਾਂ ਨੂੰ ਇੱਧਰ ਉੱਧਰ ਦਿਆਂ ਨੂੰ ਜਾਂ ਪੰਜਾਬੀ ਬੋਲਣ ਵਾਲਿਆਂ ਨੂੰ ਜਿਹੜੀ ਅਸੀਂ ਸ਼ਰਮ ਮਹਿਸੂਸ ਕਰਦੇ ਹਾਂ ਆਪਣੀ ਜ਼ਬਾਨ ਬੋਲਣ ਲੱਗੇ ਤਾਂ ਸ਼ਹਿਰ 'ਚ ਵੇਖਿਆ ਹੋਣਾ ਹਾਂਜੀ 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 ਬਹੁਤ ਬਹੁਤ ਜ਼ਿਆਦਾ ਇਹਦੀ ਤੁਸੀਂ ਕੀ ਵਜ੍ਹਾ ਸਮਝਦੇ ਹੋ ਕੀ ਕਹਿਣਾ ਚਾਹੁੰਦੇ ਹੋ ਸੁਣਨ ਵਾਲਿਆਂ ਨੂੰ ਜੀ ਮੈਂ ਆਪਣੇ ਜਿੱਥੇ ਵੀ ਮੇਰਾ ਪੰਜਾਬੀ ਭਰਾ ਵਸਦਾ ਨਾ ਮੈਂ ਉਹਨਾਂ ਨੂੰ ਇਹ ਹੀ ਪੈਗਾਮ ਦਿਆਂਗਾ ਕਿ ਜੀ ਆਪਣਾ ਜਿਹੜਾ ਪੰਜਾਬੀ ਜਿਹੜਾ ਕਹਿ ਸਕਦੇ ਕਲਚਰ ਜਾਂ ਜਿਹੜਾ ਆਪਣੀ ਪੰਜਾਬੀ ਮਾਂ ਬੋਲੀ ਜਿਹੜੀ ਇਹਨੂੰ ਜਿੰਨਾ ਹੋ ਸਕਦਾ ਤੁਸੀਂ ਪ੍ਰਮੋਟ ਕਰੋ ਔਰ ਪ੍ਰਮੋਟ ਕਰਨਾ ਐਡਾ ਕੋਈ ਮੁਸ਼ਕਲ ਨਹੀਂ ਉਹਨੂੰ ਪ੍ਰਮੋਟ ਕਰਨਾ ਤੁਸੀਂ ਸਿਰਫ ਆਪਣੇ ਬੱਚਿਆਂ ਨੂੰ ਸਿਖਾਓ ਉਹ ਆਪਣੇ ਆਪ ਪ੍ਰਮੋਟ ਹੋ ਜਾਵੇ ਉਹਦੇ ਲਈ ਕੋਈ ਵੱਡੀ ਜਦੋਂ ਜਹਿਦ ਕਰਨ ਦੀ ਲੋੜ ਨਹੀਂ ਕਿ ਤੁਸੀਂ ਜਨਾਬ ਚਲੋ ਮਾਸ਼ਾਅੱਲਾ ਕੋਸ਼ਿਸ਼ ਕਰ ਰਹੇ ਹੋ ਕਿ ਇਸਲਾਮਾਬਾਦ ਜਾਂ ਪਿੰਡੀ ਜਾਂ ਲਾਹੌਰ ਜਿੱਥੇ ਉੱਥੇ ਚਲੋ ਤੁਸੀਂ ਵੱਡੇ ਹੋ ਤੁਹਾਡਾ ਮਤਲਬ ਜਿਹੜਾ ਕਹਿ ਸਕਦੇ ਹੋ ਕਿ ਜ਼ਿੰਮੇਵਾਰੀ ਤੁਸੀਂ ਆਪਣੇ ਸਿਰ ਲਈ ਹੈ ਅਤੇ ਤੁਸੀਂ ਉਹ ਕਰ ਰਹੇ ਹੋ ਬਹੁਤ ਵੀ ਕਰ ਰਹੇ ਹੋ ਮਾਸ਼ਾਅੱਲਾ ਅੱਲਾਹ ਪਾਕ ਤੁਹਾਨੂੰ ਉਹਦੀ ਤੁਹਾਡੀ ਕੋਸ਼ਿਸ਼ ਰੱਬ ਲਾਏ ਲੇਕਿਨ ਇੱਕ ਮਾਂ ਬਾਪ ਦੀ ਜਿਹੜੀ ਜ਼ਿੰਮੇਵਾਰੀ ਹੁੰਦੀ ਹੈ ਮੈਂ ਉਹਦੀ ਗੱਲ ਕਰਨਾ ਕਿ ਮਾਂ ਬਾਪ ਸਿਰਫ ਇੰਨਾ ਕੁ ਕਰਨ ਕਿ ਆਪਣੇ ਬੱਚਿਆਂ ਨੂੰ ਜਿਹੜਾ ਨਾ ਖੁਦ ਆਪਣੇ ਤੌਰ 'ਤੇ ਪੰਜਾਬੀ ਸਿਖਾਉਣ ਪੰਜਾਬ ਦਾ ਜਿਹੜਾ ਇਤਿਹਾਸ ਹੈ ਜਿਹੜੀ ਤਰੀਖ ਹੈ ਪੰਜਾਬ ਦੀ ਉਹ ਪੜ੍ਹਾਉਣ ਅਤੇ ਮੈਂ ਸਮਝਦਾ ਕਿ ਇਹਦੇ ਨਾਲ ਬਹੁਤ ਫਰਕ ਪਏਗਾ ਜਦੋਂ ਸਾਡੇ ਵਾਲਦੈਨ ਜਾਂ ਸਾਡੇ ਪੇਰੈਂਟਸ ਜਿਹੜੇ ਨੇ ਉਹ ਇਸ ਚੀਜ਼ ਦੀ ਸ਼ਰਮ ਮਹਿਸੂਸ ਕਰਨਗੇ ਕਿ ਨਹੀਂ ਯਾਰ ਅਸੀਂ ਬੱਚਿਆਂ ਨੂੰ ਕੋਈ ਹੋਰ ਬੋਲੀ ਸਿਖਾਈਏ ਠੀਕ ਹੈ ਅਤੇ ਇਹ ਤਾਂ ਯਾਰ ਪਿੰਡਾਂ ਦੀ ਬੋਲੀ ਹੈ ਅਤੇ ਇਹ ਤਾਂ ਲੋਕ ਕਹਿਣਗੇ ਕਿ ਜਾਹਲ ਨੇ ਹੁਣ ਤੁਸੀਂ ਵੇਖੋ ਇੰਡਸਟਰੀ ਪੰਜਾਬੀ ਇੰਡਸਟਰੀ ਨੇ ਰਾਜ ਕੀਤਾ ਪਿਆ ਹਰ ਪਾਸੇ
ਬਿਲਕੁਲ ਸਹੀ ਗੱਲ ਤੇ ਇਹ ਪੰਜਾਬੀ ਨੇ ਰਾਜ ਕੀਤਾ ਨਾ ਜੀ ਕਿਉਂ ਨਹੀਂ ਜੀ ਕੀਤਾ ਦੀ ਜ਼ਬਾਨ ਹੈ ਔਰ ਇਸ ਤੋਂ ਬਗੈਰ ਗੱਲ ਪੂਰੀ ਨਹੀਂ ਹੁੰਦੀ ਔਰ ਵੈਸੇ ਨਾ ਤੁਹਾਡੇ ਜਿਹੜੇ ਨਵੇਂ ਆਉਣੇ ਦਾ ਮੈਨੂੰ ਜਿੰਨੇ ਦੋਸਤਾਂ ਨੇ ਪੁੱਛਿਆ ਜੀ ਤੋ ਹਰ ਕੋਈ ਮਿਲਣ ਆਉਣਾ ਚਾਹੁੰਦਾ ਸੀ ਇਹਦਾ ਮਤਲਬ ਇਹ ਕਿ ਨਵੀਂ ਪੀੜ੍ਹੀ ਅਗਰ ਇਹ ਝੰਡਾ ਚੁੱਕੇਗੀ ਜੀ ਜੀ ਤੇ ਫਿਰ ਹੀ ਗੱਲ ਬਣਨੀ ਪੁਰਾਣੇ ਤਾਂ ਅਸੀਂ ਬੋਲਣੇ ਹੀ ਆ ਬਿਲਕੁਲ ਜੀ ਨਵਿਆਂ ਨੂੰ ਸ਼ਰਮ ਆਉਂਦੀ ਹੈ ਜਿਨ੍ਹਾਂ ਦੀ ਸ਼ਰਮ ਤੁਸੀਂ ਲਾਹਣ ਦੀ ਕੋਸ਼ਿਸ਼ ਕੀਤੀ ਹੈ ਔਰ ਮੈਂ ਸਮਝਦਾ ਕਿ ਕਾਫੀ ਸਾਰਿਆਂ ਦੀ ਲੈ ਵੀ ਗਈ ਲੈ ਗਈ ਨਹੀਂ ਅੱਲਾ ਕਰੇ ਤੁਹਾਡਾ ਜਲਦੀ ਐਲਬਮ ਆਵੇ ਔਰ ਸਾਰੇ ਪੰਜਾਬੀਓ ਨੂੰ ਰਲ ਕੇ ਅੱਗੇ ਪਹੁੰਚਾਣ ਜੀ ਔਰ ਤੁਹਾਡੇ ਲਈ ਬਹੁਤ ਸਾਰੀਆਂ ਦੁਆਵਾਂ ਨੇ ਸ਼ਰੀਫ ਬਾਸ ਚੱਟਾ ਸਾਹਿਬ ਤੁਸੀਂ ਸਾਡਾ ਮਾਣ ਹੋ ਮੈਂ ਇੱਕ ਜੀ ਇੱਕ ਆਖਰ ਤੇ ਮੈਂ ਜਿਹੜੀ ਜ਼ਰੂਰੀ ਗੱਲ ਹੈ ਉਹ ਕਰਨਾ ਚਾਹਾਂਗਾ ਕਿ ਆਪਣੇ ਮਜ਼ਦੂਰ ਭਰਾ ਜਿਹੜੇ ਤਿੰਨ ਜਿਹੜੇ ਸੁਣਿਆ ਕਿ ਬਲੋਚਿਸਤਾਨ 'ਚ ਸ਼ਹੀਦ ਹੋਏ ਨੇ ਕਤਲ ਹੋਏ ਨੇ ਵੇਖੋ ਜੀ ਉਹ ਸਿਰਫ ਇੱਕ ਪੰਜਾਬ ਦਾ ਨੁਕਸਾਨ ਨਹੀਂ ਉਹ ਉਹਨਾਂ ਦੇ ਬੇਸ਼ੱਕ ਕੌਮ ਪੰਜਾਬੀ ਸੀ ਕੌਮ ਪੰਜਾਬ ਕੌਮ ਦੇ ਉਹ ਪੰਜਾਬੀ ਸਨ ਲੇਕਿਨ ਉਹ ਪਾਕਿਸਤਾਨ ਦਾ ਨੁਕਸਾਨ ਹੈ ਔਰ ਉਹਨਾਂ ਨੂੰ ਮਾਰਨ ਵਾਲੇ ਜਿਹੜਾ ਅਸੀਂ ਕਹਿ ਦਈਏ ਕਿ ਇੱਕ ਖਾਸ ਕੌਮ ਸੀ ਮੈਂ ਉਹਨਾਂ ਦਾ ਨਾਮ ਨਹੀਂ ਲੈਣਾ ਚਾਹੁੰਦਾ ਕਿਉਂਕਿ ਮੈਂ ਜ਼ਰੂਰੀ ਨਹੀਂ ਸਮਝਦਾ ਕਿ ਕਿਸੇ ਨੂੰ ਤੋਹਮਤ ਲਾਵਾਂ ਅਤੇ ਉਹ ਮੈਂ ਵੇਖ ਰਿਹਾ ਸਾਂ ਫੇਸਬੁੱਕ ਦੇ ਉੱਤੇ ਬਲਕਿ ਅੱਜ ਮੈਨੂੰ ਜਿਹੜਾ ਇੱਕ ਪੋਸਟ 'ਤੇ ਟੈਗ ਵੀ ਕੀਤਾ ਇੱਕ ਸਾਡੇ ਭੈਣ ਜੀ ਨੇ ਅੱਲਾ ਪਾਕ ਉਹਨਾਂ ਨੂੰ ਵੀ ਹਾਂਜੀ ਉਹਨਾਂ ਦੀ ਕੋਸ਼ਿਸ਼ ਸੀ ਕਿ ਜੀ ਤੁਸੀਂ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਤੁਹਾਡਾ ਤਰੀਕਾ ਘਰ ਗਲਤ ਹੈ ਜਿਹੜਾ ਜਿਹੜੇ ਤਰੀਕੇ ਨਾਲ ਤੁਸੀਂ ਚੱਲ ਰਹੇ ਹੋ ਨਾ ਇਸ ਤਰੀਕੇ ਨਾਲ ਤੁਸੀਂ ਵੰਡ ਪਾ ਰਹੇ ਹੋ ਪਾਕਿਸਤਾਨ ਵਿੱਚ ਹਾਲਾਂਕਿ ਤੁਹਾਡੀ ਨੀਅਤ ਨਹੀਂ ਮੈਂ ਸਮਝਣਾ ਲੇਕਿਨ ਇਹਦੇ ਨਾਲ ਜਿਹੜਾ ਕੀ ਉਹ ਵੰਡ ਪੈ ਰਹੀ ਲੋਕ ਇੱਕ ਦੂਸਰੇ ਦੇ ਖਿਲਾਫ ਦੂਰ ਹੋ ਰਹੇ ਹਾਂਜੀ ਅਤੇ ਕੋਸ਼ਿਸ਼ ਇਹ ਕਰੋ ਤੁਸੀਂ ਆਪਣੇ ਹੱਕ ਜਿਹੜੇ ਨੇ ਉਹਨਾਂ ਨੂੰ ਅੱਗੇ ਰੱਖੋ ਹੁਣ ਉਹ ਜਿਹੜੇ ਪੰਜਾਬੀ ਭਰਾ ਆਪਣੇ ਸ਼ਹੀਦ ਹੋਏ ਨੇ ਉਹਨਾਂ ਦਾ ਬੜਾ ਦੁੱਖ ਵੀ ਅਤੇ ਮੈਂ ਸਮਝਣਾ ਕਿ ਜਿਵੇਂ ਇਹ ਗੱਲ ਕਰ ਰਹੇ ਸਨ ਫੇਸਬੁੱਕ 'ਤੇ ਪੋਸਟਾਂ ਪਾ ਕੇ ਕਿ ਜੀ ਹਜ਼ਾਰਾ ਕਮਿਊਨਿਟੀ ਦੇ ਜਿਹੜੇ ਉਹ ਸ਼ਹੀਦ ਹੋਏ ਸਨ ਅਤੇ ਉਹ ਤਾਂ ਨਿਕਲ ਆਏ ਸਨ ਬਾਹਰ ਮੈਂ ਸਮਝਦਾ ਕਿ ਫੇਸਬੁੱਕ ਤੇ ਦਾਨਿਸ਼ਵਰੀ ਕਰਨ ਨਾਲ ਚੰਗਾ ਕਿ ਤੁਸੀਂ ਵੀ ਨਿਕਲੋ ਸੜਕਾਂ ਦੇ ਬਾਹਰ ਬਿਲਕੁਲ ਤੁਸੀਂ ਸਹੀ ਆਖਿਆ ਕਿ ਕਿਸੇ ਨੂੰ ਉਹਦੇ ਨਜ਼ਰੀਏ ਜਾਂ ਜ਼ਬਾਨ ਦੀ ਬੁਨਿਆਦ ਤੇ ਮਾਰ ਦੇਣਾ ਜੀ ਜੀ ਕਿੱਡਾ ਵੱਡਾ ਜ਼ੁਲਮ ਹੈ ਹਰ ਬੰਦੇ ਨੂੰ ਇੱਕ ਵਾਮੇ ਨੂੰ ਦਿੰਦਾ ਕਹਿੰਦਾ ਕਿ ਹਰ ਬੰਦੇ ਨੂੰ ਆਪਣੀ ਜ਼ਬਾਨ 'ਚ ਤਲੀਮ ਹਾਸਲ ਕਰਨ ਲੱਗ ਕੇ ਵੇਖੋ ਉਹ ਇੱਕ ਮੂਵਮੈਂਟ ਦਾ ਨਾਮ ਲੈ ਰਹੇ ਸਨ ਮੈਂ ਉਸ ਮੂਵਮੈਂਟ ਦਾ ਨਾਮ ਵੀ ਨਹੀਂ ਲੈਣਾ ਚਾਹੁੰਦਾ ਜੀ ਜੀ ਕਿ ਜੀ ਸਪੈਸ਼ਲੀ ਇਹ ਲੋਕ ਜਿਹੜੇ ਨੇ ਨਾ ਇੱਕ ਦਹਿਸ਼ਤਗਰਦ ਇਹਨਾਂ ਨੂੰ ਕਰਾਰ ਦਿੱਤਾ ਗਿਆ ਆਲਮੀ ਤੌਰ 'ਤੇ ਅਤੇ ਫਿਰ ਤਾਂ ਗੱਲ ਹੀ ਖਤਮ ਹੋ ਗਈ ਕਿ ਇੱਕ ਦਹਿਸ਼ਤਗਰਦ ਇੱਕ ਖਾਸ ਗਰੋਹ ਜਿਹੜਾ ਉਹ ਇਹ ਕੰਮ ਕਰ ਰਿਹਾ ਉਹਦੇ ਵਿੱਚ ਪੂਰੀ ਕੌਮ ਦੀ ਇਨਵੋਲਵਮੈਂਟ ਜਿਹੜੀ ਉਹ ਨਹੀਂ ਹੈ ਅਤੇ ਮੈਂ ਉਹ ਗੱਲ ਕਰਨਾ ਚਾਹਾਂਗਾ ਕਿ ਜੇ ਤੁਸੀਂ ਕਿਸੇ ਨੂੰ ਠੀਕ ਹੈ ਇੱਕ ਹੱਦ ਤੱਕ ਜਿਹੜਾ ਤੁਸੀਂ ਉਹਨੂੰ ਸਮਝੋ ਕਿ ਯਾਰ ਇਸ ਤਰ੍ਹਾਂ ਹੋ ਰਿਹਾ ਲੇਕਿਨ ਇਹ ਨਹੀਂ ਕਿ ਤੁਸੀਂ ਮਤਲਬ ਪੂਰੀ ਕੌਮ ਨੂੰ ਜਿਹੜਾ ਉਹਦਾ ਉਹਦੇ ਤੋਹਮਤ ਲਾ ਦਿਓ ਕਿ ਜੀ ਫਲਾਣਾ ਜਿਹੜਾ ਉਹ ਨਫ਼ਰਤ ਕਰਦਾ ਫਲਾਣੇ ਨਾਲ ਅਤੇ ਉਹਦੇ ਨਾਲ ਇੰਝ ਹੋ ਰਿਹਾ ਇਹ ਸਿਰਫ ਇੱਕ ਸਾਜ਼ਿਸ਼ ਹੈ ਸਾਜ਼ਿਸ਼ ਦੇ ਤਹਿਤ ਜਿਹੜਾ ਉਹ ਸਾਡੇ ਜ਼ਿਹਨ ਦੇ ਵਿੱਚ ਇੱਕ ਗੱਲ ਪਾਈ ਜਾ ਰਹੀ ਹੈ ਅਤੇ ਸਾਡੇ ਦੁਸ਼ਮਣ ਜਿਹੜੇ ਨੇ ਉਹ ਚਾਹੁੰਦੇ ਹੀ ਨੇ ਕਿ ਅਸੀਂ ਆਪਸ 'ਚ ਲੜੀਏ ਅਤੇ ਬਰਾਏ ਮਿਹਰਬਾਨੀ ਤੁਸੀਂ ਕੋਸ਼ਿਸ਼ ਕਰੋ ਕਿ ਆਪਣਾ ਆਪ ਜਿਹੜਾ ਨਾ ਉਹਨੂੰ ਪੁੰਜੋ ਅਤੇ ਜਿਹੜਾ ਪਿਆਰ ਵੰਡੋ ਹਰ ਪਾਸੇ ਮੇਰੀ ਕੋਸ਼ਿਸ਼ ਹੈ ਮੈਂ ਇਹ ਕਹਿੰਦਾ ਕਿ ਕੋਸ਼ਿਸ਼ ਨਹੀਂ ਬੜੀ ਸੋਹਣੇ ਤੁਹਾਡੇ ਵਿਚਾਰ ਜੀ ਮੈਂ ਆਪਣੇ ਸਾਰੇ ਸੁਣਨ ਵਾਲਿਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਵੀ ਚਿੱਠਾ ਸਾਹਿਬ ਜਿਸ ਤਰ੍ਹਾਂ ਇਹਨਾਂ ਨੂੰ ਮਾਲਕ ਨੇ ਤਾਰੀਖ 'ਤੇ ਨਜ਼ਰ ਦਿੱਤੀ ਉਹ ਜਿਵੇਂ ਇਹਨਾਂ ਨੇ ਸਾਡੇ ਸਾਰੇ ਸੂਰਮਿਆਂ ਦਾ ਜ਼ਿਕਰ ਕੀਤਾ ਉਹ ਨਵੀਂ ਨਸਲ ਨੂੰ ਗੀਤ ਦੇ ਵਿੱਚ ਸਾਰੀਆਂ ਗੱਲਾਂ ਲੱਭ ਜਾਂਦੀਆਂ ਅਤੇ ਉਹ ਅੱਜ ਕੱਲ੍ਹ ਜੋ ਸੋਸ਼ਲ ਮੀਡੀਆ ਦੌਰ ਲੋਕ ਕਿਤਾਬਾਂ ਤੋਂ ਭਜਦੇ ਨੇ ਅਤੇ ਜਿਹਦੇ ਗੀਤ ਲਿਖੇ ਜਾਣੇ ਚਾਹੀਦੇ ਨੇ ਜਿਹਨਾਂ 'ਚ ਪੂਰੀ ਤਾਰੀਖ ਹੋਵੇ ਪੂਰਾ ਸਬਕ ਹੋਵੇ ਅਤੇ ਮੈਂ ਇਹਨਾਂ ਦਾ ਬਹੁਤ ਹੀ ਧੰਨਵਾਦੀ ਹਾਂ ਕਿ ਤਸ਼ਰੀਫ ਲਿਆ ਇਹਨਾਂ ਟਾਈਮ ਦਿੱਤਾ ਔਰ ਜੋ ਜੋ ਮੇਰੀ ਦੁਆ ਹੈ ਕਿ ਅੱਗੇ ਵਧਣਗੇ ਅਤੇ ਦੁਨੀਆਂ ਨੂੰ ਕੋਈ ਟਾਈਮ ਲੈਣ ਲਈ ਲੈਣ 'ਚ ਬੈਠੀ ਹੋਏਗੀ ਅਤੇ ਸਾਨੂੰ ਅੱਜ ਇਹ ਆ ਗਏ ਨੇ ਇਹਨਾਂ ਦੀ ਮਿਹਰਬਾਨੀ ਇਹਨਾਂ ਨੇ ਵਕਤ ਦਿੱਤਾ ਇਹ ਵੀ ਇੱਕ ਤਾਰੀਖ ਬਣੇਗੀ ਕਿ ਅੱਜ ਅਸੀਂ ਇਹ ਵੀ ਚੱਠੇ ਨਾਲ ਗੱਲ ਕਰ ਰਹੇ ਹਾਂ ਜਿਹੜਾ ਆਪਣੀ ਧੀ ਆਪਣੀ ਧਰਤੀ ਦਾ ਸੁੱਚਾ ਪੁੱਤ ਹੈ ਬਹੁਤ ਮਿਹਰਬਾਨੀ ਜਨਾਬ ਅਤੇ ਆਪਣੇ ਮਜਮਾਨ ਆਜ਼ਮ ਮਲਕ ਨੂੰ ਇਜਾਜ਼ਤ ਦਿਓ ਇਹ ਵੀ ਚੱਠਾ ਨਾਲ ਨੂੰ ਇਜਾਜ਼ਤ ਦਿਓ ਇਨਸ਼ਾਅੱਲਾ ਫਿਰ ਅਸੀਂ ਪੰਜਾਬੀ ਕਾ ਦੇ ਪ੍ਰੋਗਰਾਮ 'ਚ ਮਿਲਾਂਗੇ ਰੱਬ ਰਾਖਾ।